ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਸ੍ਰੀ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਸ੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋ ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ ਜੀ ਪਰਮ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਧਰੋਂ ਧਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਬੰਦੋ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆਂ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਧੰਨ ਧੰਨ ਅੰਤਰਜਾਮੀ ਸੱਚੇ ਪਾਤਸ਼ਾਹ ਸੁੱਖਾਂ ਦੇ ਸਾਗਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਗਰੀਬ ਨਵਾਜ ਧੰਨ ਧੰਨ ਸਤਿਗੁਰੂ ਅੰਤਰਜਾਮੀ ਸੱਚੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਫਿਰ ਕਹੋ ਜੀ ਪ੍ਰੇਮ ਨਾਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸਭਾਏ ਮਾਨ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੀ ਪਿਆਰੀ ਸਾਡੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਬੜੇ ਪਿਆਰ ਨਾਲ ਸਤਿਗੁਰੂ ਜੀ ਦੀ ਹਾਜ਼ਰੀ ਵਿੱਚ ਬੈਠ ਕੇ ਜ਼ਿੰਦਗੀ ਦੇ ਸਮੇਂ ਨੂੰ ਸਫਲਾ ਕਰਨ ਦਾ ਯਤਨ ਕਰ ਰਹੇ ਹੋ। ਮਹਾਰਾਜ ਸਾਹਿਬ ਜੀ ਦੀ ਬਾਣੀ ਦਾ ਕੀਰਤਨ ਹਰ ਕਾ ਬਿਲੋਵਨਾ ਬਿਲੋਵ ਹੋ ਮੇਰੇ ਭਾਈ ਸਹਿਜ ਬਿਲੋਵ ਹੋ ਜੈਸੇ ਤੱਤ ਨਾ ਜਾਈ। ਹਜ਼ੂਰ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਹੈ ਭਾਈ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਜਿਹੜਾ ਬਿਲੋਵਨਾ ਹੈ ਮਹਾਰਾਜ ਕਹਿੰਦੇ ਬੜੇ ਸਹਿਜੇ ਸਹਿਜੇ ਬਿਲੋਵੋ, ਇਹਦਾ ਇਹ ਭਾਵ ਹੈ ਬੜੇ ਸਹਿਜੇ ਸਹਿਜੇ ਉਸਦੇ ਨਾਮ ਵਿੱਚ ਧਿਆਨ ਜੋੜੋ, ਬੜੇ ਪ੍ਰੇਮ ਨਾਲ ਵਾਹਿਗੁਰੂ ਦਾ ਨਾਮ ਜਪਿਆ ਕਰੋ। ਜਿਹੜਾ ਗੁੱਸੇ ਵਿੱਚ ਪਾਠ ਕਰੇ, ਪਾਠ ਵੀ ਕਰਦੇ ਕਰਦੇ ਗੁੱਸਾ ਚੜ੍ਹਿਆ ਹੁੰਦਾ ਅਤੇ ਗੁੱਸੇ ਵਿੱਚ ਹੀ ਬੰਦਾ ਪਾਠ ਕਰੀ ਜਾਂਦਾ, ਗੁੱਸੇ ਵਿੱਚ ਕੀਰਤਨ ਕਰਦਾ, ਗੁੱਸੇ 'ਚ ਹੀ ਕਥਾ ਕਰੀ ਜਾਂਦਾ ਜੀ, ਉਹਦਾ ਚਿਹਰਾ ਵੀ ਗੁੱਸੇ ਵਾਲਾ ਬਣੀ ਜਾਂਦਾ ਜੀ। ਫਿਰ ਜੀ ਜਿਹੜਾ ਪਿਆਰ ਨਾਲ ਨਾਮ ਜਪਦਾ, ਪਿਆਰ ਦੇ ਨਾਲ ਸਾਧ ਸੰਗਤ ਦੀ ਕਥਾ ਕਰੇਗਾ, ਸੁਣੇਗਾ, ਕੀਰਤਨ ਕਰੇਗਾ, ਉਸਦੇ ਚਿਹਰੇ ਦੀ ਰੌਣਕ ਵਧੇਗੀ ਜੀ। ਉਹ ਕਿਉਂਕਿ ਅੰਦਰ ਦਾ ਜਿਹੜਾ ਭਾਵ ਹੈ ਉਹ ਬੰਦੇ ਦੇ ਚਿਹਰੇ ਦੇ ਉੱਤੇ ਉੱਤਰ ਆਉਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਹਿਜੇ ਸਹਿਜੇ ਜਪਿਆ ਕਰੋ, ਸਹਿਜੇ ਸਹਿਜੇ ਜਪਿਆ ਕਰੋ, ਪ੍ਰੇਮ ਨਾਲ ਜਪਿਆ ਕਰੋ, ਸਹਿਜ ਬਿਲੋਭ ਹੋ ਜੈਸੇ ਤੱਤ ਨਾ ਜਾਹੀ। ਜੇਕਰ ਕੋਈ ਬਹੁਤ ਤੇਜ਼ ਦੁੱਧ ਲੱਸੀ ਰਿੜਕ ਰਿਹਾ ਹੋਵੇ ਅਤੇ ਤੱਤ ਨਿਕਲ ਨਿਕਲ ਕੇ ਬਾਹਰ ਪਈ ਜਾਂਦਾ ਸਾਧ ਸੰਗਤ ਜੀ,
ਇਸੇ ਤਰ੍ਹਾਂ ਸਿਮਰਨ ਭਜਨ ਜੇ ਕੋਈ ਬਹੁਤ ਤੇਜ਼ੀ ਨਾਲ ਜਪੇਗਾ ਰਸਨਾ ਤੋਂ ਤਾਂ ਵੀ ਬਾਤ ਨਹੀਂ ਬਣੇਗੀ। ਸੋ ਆਪ ਜੀ ਬੜੇ ਪਿਆਰ ਨਾਲ ਮਹਾਰਾਜ ਜੀ ਦੀ ਬਾਣੀ ਦਾ ਕੀਰਤਨ ਸੁਣ ਰਹੇ ਸੀ। ਗੱਜ ਕੇ ਸਾਰੀ ਸੰਗਤ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਵਧਾਨ ਹੋ ਕੇ ਫਿਰ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਲੜੀਵਾਰ ਕਥਾ ਆਪ ਜੀ ਸਿੱਖ ਸੰਗਤ ਬੜੇ ਪਿਆਰ ਦੇ ਨਾਲ ਹਰ ਰੋਜ਼ ਸਰਵਣ ਕਰਦੇ ਹੋ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਭਰਥਰੀ ਨੂੰ ਉਪਦੇਸ਼ ਦੇ ਕੇ ਜਿਹੜਾ ਸ਼ਬਦ ਮਹਾਰਾਜ ਨੇ ਉਚਾਰਿਆ, ਗੁੜ ਕਰ ਗਿਆਨ ਧਿਆਨ ਕਰ ਧਾਵੈ ਕਰ ਕਰਣੀ ਕਸ ਪਾਈਐ, ਭਾਠੀ ਭਵਨ ਪ੍ਰੇਮ ਕਾ ਪੋਚਾ ਇਤ ਰਸ ਅਮਿਓ ਚਵਾਈਐ। ਇਸ ਸ਼ਬਦ ਦਾ ਪਾਠ ਵਿਆਖਿਆ ਆਪ ਜੀ ਨੇ ਪਿਛਲੇ ਦਿਨ ਹੀ ਸਰਵਣ ਕੀਤੀ। ਮਹਾਰਾਜ ਸੱਚੇ ਪਾਤਸ਼ਾਹ ਚੱਲਦੇ ਚੱਲਦੇ ਜੰਗਲ ਵਿੱਚ ਪਹੁੰਚੇ। ਜਦੋਂ ਮਹਾਰਾਜ ਜੰਗਲ ਵਿੱਚ ਪਹੁੰਚੇ, ਕਿਸੇ ਦਾ ਭਲਾ ਕਰਨਾ ਸੀ, ਮਹਾਰਾਜ ਨੇ ਭਾਈ ਮਰਦਾਨਾ ਜੀ ਦਾ ਮਨ ਫੇਰ ਦਿੱਤਾ ਜੀ। ਭਾਈ ਮਰਦਾਨਾ ਜੀ ਕਹਿੰਦੇ, ਮਹਾਰਾਜ ਮੇਰਾ ਮਨ ਤਾਂ ਉਦਾਸ ਹੋ ਗਿਆ, ਮੈਂ ਮਹਾਰਾਜ ਆਪਣੇ ਘਰ ਜਾਣਾ ਹੈ। ਅਤੇ ਮਹਾਰਾਜ ਆਪ ਹੀ ਕਰਨ ਕਰਾਉਣ ਵਾਲੇ ਕਹਿੰਦੇ, ਮਰਦਾਨਿਆ ਛੱਡ ਪਰਾਂ ਘਰ, ਇੱਥੇ ਸਾਡੇ ਨਾਲ ਰਹਿ। ਮਰਦਾਨਾ ਜੀ ਕਹਿੰਦੇ, ਨਹੀਂ ਮਹਾਰਾਜ। ਮਹਾਰਾਜ ਕਹਿੰਦੇ, ਮਰਦਾਨਿਆ ਰਸਤੇ 'ਚ ਬਲਾਵਾਂ ਬੜੀਆਂ, ਕੋਈ ਬਲਾ ਖਾ ਜਾਏਗੀ, ਮਹਾਰਾਜ ਮੈਂ ਘਰ ਜਾਣਾ ਹੈ। ਬਾਲਾ ਜੀ ਨੇ ਵੀ ਸਮਝਾਇਆ, ਕਿਉਂਕਿ ਭਾਈ ਮਰਦਾਨਾ ਜੀ ਮਾਇਆ 'ਚ ਭਰਮ ਚੁੱਕੇ ਸਨ, ਇਸ ਕਰਕੇ ਭਾਈ ਮਰਦਾਨਾ ਜੀ ਨਹੀਂ ਮੰਨੇ ਜੀ। ਭਾਈ ਮਰਦਾਨਾ ਜੀ ਆਪਣੇ ਘਰ ਨੂੰ ਵਾਪਸ ਆ ਰਹੇ ਹੈ। ਇੱਕ ਦਿਨ ਰਸਤੇ ਦੇ ਵਿੱਚ ਸਫ਼ਰ ਕੀਤਾ, ਦੂਜਾ ਦਿਨ ਜਦੋਂ ਚੜ੍ਹਿਆ ਤਾਂ ਕੌਡਾ ਰਾਕਸ਼ਸ ਭਾਈ ਮਰਦਾਨਾ ਜੀ ਨੂੰ ਮਿਲਿਆ ਜੀ, ਜਿਹੜਾ ਕਿ ਚੁੱਕ ਕੇ ਲੈ ਆਇਆ ਅਤੇ ਜਿਉਂਦੇ ਬੰਦੇ ਨੂੰ ਤਲ ਕੇ ਖਾਂਦਾ ਹੁੰਦਾ ਸੀਗਾ ਜੀ। ਇਹ ਰਾਕਸ਼ਸ ਬਿਰਤੀ ਹੈ। ਹੁਣ ਵੀ ਧਾਰਮਿਕ ਬਾਣਾ ਪਾ ਕੇ ਇਹੋ ਜਿਹੇ ਬੰਦੇ ਸਨ ਜਿਨ੍ਹਾਂ ਨੇ ਇਹੋ ਜਿਹੇ ਕਰਮ ਕੀਤੇ, ਸਮਾਂ ਪਾ ਕੇ ਲੱਭੇ ਵੀ ਨਹੀਂ ਜੀ ਉਹ ਜੀ, ਜਿਉਂਦੇ ਬੰਦਿਆਂ ਨੂੰ ਤਲ ਤਲ ਕੇ ਖਾਂਦੇ ਰਹੇ ਜੀ। ਬੰਦਾ ਮਾਰ ਕੇ ਤਲ ਕੇ ਖਾ ਜਾਣਾ, ਪੂਲੇ ਦਾ ਨਾਮ ਬੜਾ ਪ੍ਰਸਿੱਧ ਹੈ ਇਸ ਕੰਮ ਵਿੱਚ। ਲੋਕ ਉਹਦੇ ਨਾਮ ਤੋਂ ਥਰ ਥਰ ਕੰਬਦੇ ਹੁੰਦੇ ਸਨ, ਬੜੇ ਸਿੰਘਾਂ ਨੂੰ ਇਸ ਤਰ੍ਹਾਂ ਮਾਰਿਆ ਉਹਨੇ। ਕੌਡਾ ਰਾਕਸ਼ਸ ਬੰਦੇ ਤਲ ਕੇ ਖਾਂਦਾ ਜੀ, ਭਾਵ ਬੰਦੇ ਨੂੰ ਖਤਮ ਕਰਕੇ ਖਾਂਦਾ ਹੈ ਜੀ। ਅਤੇ ਭਾਈ ਮਰਦਾਨਾ ਜੀ ਵਾਸਤੇ ਵੀ ਤਪ ਦਾ ਤੇਲ ਦਾ ਕੜਾਹਿਆ ਗਰਮ ਕੀਤਾ। ਭਾਈ ਮਰਦਾਨਾ ਜੀ ਸੋਚਣ ਵੀ ਮੈਂ ਗੁਰੂ ਜੀ ਦਾ ਬਚਨ ਨਹੀਂ ਮੰਨਿਆ, ਚੰਗਾ ਨਹੀਂ ਕੀਤਾ, ਜੇ ਮੈਂ ਗੁਰੂ ਜੀ ਦਾ ਬਚਨ ਮੰਨ ਲੈਂਦਾ ਨਾ ਤਾਂ ਇਹ ਦਿਨ ਮੈਨੂੰ ਵੇਖਣ ਨੂੰ ਨਹੀਂ ਸੀ ਮਿਲਣਾ ਜੀ। ਗੱਲ ਤਾਂ ਸੰਗਤ ਜੀ ਇੰਨੀ ਕੁ ਹੈ, ਬੰਦੇ ਨੂੰ ਪਤਾ ਵੀ ਹੈ ਵੀ ਗੁਰੂ ਜੀ ਦਾ ਇਹ ਬਚਨ ਹੈ ਅਤੇ ਗੁਰੂ ਜੀ ਦਾ ਬਚਨ ਮੇਰੇ ਫਾਇਦੇ ਵਿੱਚ ਹੈ, ਫਿਰ ਵੀ ਬੰਦਾ ਮੰਨਣ ਵਾਸਤੇ ਕਾਹਲੋਂ ਕਰ ਜਾਂਦਾ ਜੀ। ਜਿਹੜਾ ਫਿਰ ਗੁਰੂ ਜੀ ਦਾ ਬਚਨ ਨਹੀਂ ਮੰਨਦਾ, ਕਾਹਲੋਂ ਕਰਦਾ, ਇੱਕ ਨਾ ਇੱਕ ਦਿਨ ਦੁਖੀ ਹੋਣਾ ਪੈਂਦਾ ਜੀ ਉਹਨੂੰ ਜੀ। ਥੋੜ੍ਹਾ ਦੁਖੀ ਨਹੀਂ, ਬੜੇ ਬੜੇ ਵੱਡੇ ਦੁੱਖ ਉਹਨੂੰ ਸਹੇੜਨੇ ਪੈਂਦੇ ਹੈ। ਭਾਈ ਮਰਦਾਨਾ ਜੀ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਯਾਦ ਕਰਨ ਦੇ ਹੈ। ਹਜ਼ੂਰ ਮਹਾਰਾਜ ਸੱਚੇ ਪਾਤਸ਼ਾਹ ਭਾਈ ਬਾਲੇ ਨੂੰ ਕਹਿੰਦੇ ਆ, ਬਾਲੇ ਚੱਲ ਤੁਰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਮਰਦਾਨਾ ਫਸ ਗਿਆ ਅਤੇ ਸਾਨੂੰ ਯਾਦ ਕਰਦਾ ਹੈ। ਸੋ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਹੁਣ ਭਾਈ ਮਰਦਾਨਾ ਜੀ ਦੇ ਕੋਲ ਪਹੁੰਚਣ ਲੱਗੇ ਹੈ। ਇਹ ਪ੍ਰਸੰਗ ਆਪ ਜੀ ਬੜੇ ਪਿਆਰ ਦੇ ਨਾਲ ਸਰਵਣ ਕਰੋ। ਗੱਜ ਕੇ ਆਖੋ ਜੀ, ਸਤਨਾਮ ਸ੍ਰੀ ਗੁਰੂ ਸਾਹਿਬ ਜੀ। ਹਾਂਜੀ, ਸ੍ਰੀ ਵਾਹਿਗੁਰੂ ਸਾਹਿਬ ਜੀ। ਮੁਝ ਸੋ ਸ੍ਰੀ ਗੁਰਬਚਨ ਬਖਾਨਾ, ਚਹੋ ਬੇਗ ਤਹ ਕਰਹੋ ਛੁਟਾਨਾ। ਹਜ਼ੂਰ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਭਾਈ ਬਾਲਾ ਜੀ ਨੂੰ ਕਹਿੰਦੇ ਹੈ, ਬਾਲੇ ਚੱਲ ਛੇਤੀ ਘਰ ਤੇ ਮਰਦਾਨੇ ਦੇ ਕੋਲ ਚੱਲੀਏ। ਹਾਂਜੀ, ਇੱਕ ਤੋ ਸੰਗ ਲਏ ਕੀ ਲਾਜਾ। ਇੱਕ ਤੇ ਅਸੀਂ ਉਹਨੂੰ ਨਾਲ ਲਿਆ, ਜਿਸ ਬੰਦੇ ਨੂੰ ਨਾਲ ਲਈਏ ਨਾ ਜੀ ਉਹਦੀ ਲਾਜ ਹੁੰਦੀ ਹੈ ਜੀ, ਜਿਸ ਨੂੰ ਨਾਲ ਲਈਏ ਉਹਦੀ ਸ਼ਰਮ ਹੁੰਦੀ ਹੈ,
ਵੀ ਕਿਸੇ ਨਾ ਕਿਸੇ ਤਰੀਕੇ ਨਾਲ ਉਹਦਾ ਬਚਾਅ ਰਵੇ। ਹਾਂਜੀ ਬਹੁਰ ਤੁਮਾਰੋ ਤਿਹ ਸੋ ਕਾਜਾ, ਗੱਜ ਕੇ ਆਖੋ। ਬਾਕੀ ਮਹਾਰਾਜ ਕਹਿੰਦੇ ਸਾਨੂੰ ਕੰਮ ਹੈ, ਮਰਦਾਨੇ ਨਾਲ ਕੰਮ ਹੈ, ਅਸੀਂ ਕੀਰਤਨ ਕਰਨਾ, ਉਹਨੇ ਰਬਾਬ ਵਜਾਉਣੀ ਹੈ। ਹਾਂਜੀ ਅਸ ਕਹਿ ਕਰ ਗਮਨੇ ਤਤਕਾਲਾ, ਇਹ ਕਹਿ ਕੇ ਹਜ਼ੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਤਤਕਾਲ ਹੀ ਉਸ ਥਾਂ ਤੋਂ ਚੱਲ ਪਏ। ਹਾਂਜੀ ਮੈਂ ਬੂਝੇ ਤੇ ਸਮੇਂ ਕਿਰਪਾਲਾ, ਭਾਈ ਬਾਲਾ ਜੀ ਕਹਿੰਦੇ ਮੈਂ ਉਸ ਸਮੇਂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੂੰ ਪੁੱਛਿਆ। ਹਾਂਜੀ ਕਿਤਕ ਦੂਰ ਰਾਖਸ ਕੋ ਥਾਨਾ, ਮਹਾਰਾਜ ਜਿਸ ਰਾਕਸ਼ਸ ਨੇ ਮਰਦਾਨਾ ਜੀ ਨੂੰ ਫੜਿਆ, ਮਹਾਰਾਜ ਉਹ ਕਿੰਨੀ ਕੁ ਦੂਰੀ ਤੇ ਰਹਿੰਦਾ ਸੱਚੇ ਪਾਤਸ਼ਾਹ। ਹਾਂਜੀ ਹਿਤ ਪੱਖਣ ਜਹ ਗਹਿਓ ਮਰਦਾਨਾ, ਜਿੱਥੇ ਉਹਨੇ ਭਾਈ ਮਰਦਾਨਾ ਜੀ ਨੂੰ ਬਣਾ ਕੇ ਖਾਣਾ, ਮਹਾਰਾਜ ਕਿੰਨੀ ਕੁ ਦੂਰ ਉਹ ਥਾਂ ਹੈ। ਹਾਂਜੀ ਹਮ ਪਹੁੰਚਣ ਤੇ ਪੂਰਬ ਸੋ, ਕਿਉਂ ਐਸਾ ਨਾ ਹੋਵੇ ਮਹਾਰਾਜ ਅਸੀਂ ਅਜੇ ਉੱਥੇ ਪਹੁੰਚਣਾ ਹੋਵੇ ਤੇ ਸਾਡੇ ਪਹੁੰਚਣ ਤੋਂ ਪਹਿਲਾਂ ਹੀ ਮਹਾਰਾਜ ਉਹ ਮਰਦਾਨਾ ਜੀ ਨੂੰ ਛੱਕ ਜਾਵੇ। ਹਾਂਜੀ ਖਾਏ ਜਾਏ ਜਹ ਬਿਲਮ ਨਾ ਕੋ, ਮਹਾਰਾਜ ਸਾਡੇ ਅਸੀਂ ਅਜੇ ਪਹੁੰਚਣਾ ਹੋਵੇ ਤੇ ਉਹ ਮਰਦਾਨਾ ਜੀ ਨੂੰ ਛੱਕ ਵੀ ਜਾਵੇ, ਮਹਾਰਾਜ ਐਸਾ ਨਾ ਹੋਵੇ। ਹਾਂਜੀ ਨਹੀਂ ਦੂਰ ਬਹੁ ਨਿਕਟ ਪਰਮਾਨੋ, ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਮਹਾਰਾਜ ਕਹਿੰਦੇ ਬਾਲੇ ਦੂਰ ਨਹੀਂ ਹੈ, ਨੇੜੇ ਹੀ ਹੈ। ਮਹਾਰਾਜ ਕਹਿੰਦੇ ਹਾਂਜੀ ਕੋਸ ਇਕਾਦਸ ਪਰ ਪਹਿਚਾਨੋ, 11 ਕੋ ਦੂਰ ਹੈ ਇੱਥੋਂ। ਮਹਾਰਾਜ ਕਹਿੰਦੇ ਜਿੱਥੇ ਮਰਦਾਨੇ ਨੂੰ ਫੜਿਆ ਨਾ ਰਾਕਸ਼ਸ ਨੇ, 11 ਕੋ ਦੀ ਦੂਰੀ 'ਤੇ ਹੈ, 11 ਕੋ ਦੀ, ਅਤੇ ਤੁਰ ਕੇ ਜਾਣਾ ਹੁੰਦਾ ਸੀਗਾ ਉਦੋਂ ਜੀ, 11 ਕੋ ਬਹੁਤ ਹੁੰਦੇ ਹੈ। ਹਾਂਜੀ ਆਸ ਕਹਿ ਮਮ ਕਰ ਸੋ ਕਰ ਗਹਿਵਾ, ਪਰ ਮਹਾਰਾਜ ਕਹਿੰਦੇ ਅਸੀਂ ਛਿੰਨ 'ਚ ਹੀ ਪਹੁੰਚ ਜਾਣਾ। ਇਹ ਬਚਨ ਕਹਿ ਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਬਾਲਾ ਜੀ ਦਾ ਹੱਥ ਫੜਿਆ ਜੀ। ਹਾਂਜੀ ਇੱਕ ਛਿੰਨ ਮਹਿ ਆਵਤ ਭੇ ਤਹਿਵਾ, ਬਸ ਹੱਥ ਫੜਿਆ ਜੀ ਤੇ ਹੱਥ ਫੜਦਿਆਂ ਇੱਕ ਛਿੰਨ ਵਿੱਚ ਉੱਥੇ ਪਹੁੰਚ ਗਏ ਜੀ। ਗੱਜ ਕੇ ਆਖੋ ਵਾਹਿਗੁਰੂ। ਇੱਕ ਛਿੰਨ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਉੱਥੇ ਪਹੁੰਚ ਗਏ। ਗੁਰੂ ਨੂੰ ਹਵਾਈ ਜਹਾਜ਼ ਦੀਆਂ ਟਿਕਟਾਂ ਲੈਣ ਦੀ ਲੋੜ ਨਹੀਂ ਹੈਗੀ ਜੀ, ਮਹਾਰਾਜ ਸੱਚੇ ਪਾਤਸ਼ਾਹ ਨੂੰ ਜ਼ਰੂਰਤ ਨਹੀਂ ਹੈਗੀ, ਗੁਰੂ ਸਭ ਥਾਵਾਂ 'ਤੇ ਹੈ, ਸਭ ਥਾਵਾਂ 'ਤੇ ਹੈ। ਹਾਂਜੀ ਕਾਨਨ ਦੀਰਗ ਦਾਰੁਨ ਭਾਰੀ, ਅਤੇ ਮਹਾਰਾਜ ਜਿੱਥੇ ਪਹੁੰਚੇ ਬੜਾ ਸੰਘਣਾ ਜੰਗਲ ਸੀਗਾ ਜੀ, ਬੜਾ ਸੰਘਣਾ ਜੰਗਲ ਹੈ। ਤੁਹਾਡੇ 'ਚੋਂ ਆਪਣੀ ਜ਼ਿੰਦਗੀ 'ਚ ਕਿਸੇ ਨੇ ਜੰਗਲ ਵੇਖਿਆ ਹੋਵੇ ਜੀ, ਬੜਾ ਸੰਘਣਾ ਜੰਗਲ ਸੀਗਾ ਜੀ। ਹਾਂਜੀ ਰਾਸਸ ਕੋ ਕਰ ਤਾਹੇ ਮਝਾਰੀ, ਅਤੇ ਉੱਥੇ ਹੀ ਕੌਡੇ ਦਾ ਘਰ ਸੀਗਾ ਜੀ, ਰਾਕਸ਼ਸ ਦਾ ਘਰ ਸੀਗਾ। ਹਾਂਜੀ ਦੋਹਰਾ ਮਰਦਾਨੇ ਕਉ ਦੇਖ ਕਰ ਬਿਗਸਤ ਗਿਰਾ ਅਲਾਏ, ਉੱਧਰ ਰਾਕਸ਼ਸ ਬੜਾ ਖੁਸ਼ ਹੋਵੇ ਜੀ ਵੀ ਮਰਦਾਨਾ ਜੀ ਦਾ ਸਰੀਰ ਵੇਖ ਕੇ, ਅਤੇ ਭਾਈ ਮਰਦਾਨਾ ਜੀ ਨੂੰ ਵੇਖ ਕੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੇ ਅੰਦਰ ਵੀ ਦਇਆ ਆਈ ਅਤੇ ਮਹਾਰਾਜ ਓਹਲੇ ਹੋ ਗਏ ਜੀ। ਹਾਂਜੀ ਕਿਉਂ ਬੈਠੇ ਘਰ ਜਾਤ ਨਹਿ ਸੁਧ ਨਿਜ ਦੇਹੋ ਬਤਾਏ, ਅਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਨਾ ਮਰਦਾਨਾ ਜੀ ਨੂੰ ਬੱਜੇ ਨੂੰ ਵੇਖ ਕੇ ਕਹਿੰਦੇ ਮਰਦਾਨਿਆ ਘਰ ਨਹੀਂ ਜਾਣਾ। ਗੱਜ ਕੇ ਆਖੋ ਵਾਹਿਗੁਰੂ। ਮਰਦਾਨਾ ਜੀ ਨੂੰ ਕਹਿ ਇਹ ਮਹਾਰਾਜ ਮੈਂ ਨਹੀਂ ਰਹਿਣਾ, ਮੈਂ ਘਰ ਜਾਣਾ, ਮੇਰਾ ਮਨ ਬੜਾ ਉਦਾਸ ਹੋਇਆ। ਅਤੇ ਮਹਾਰਾਜ ਕਹਿੰਦੇ ਮਰਦਾਨਿਆ ਘਰ ਨਹੀਂ ਜਾਣਾ। ਹਾਂਜੀ ਚੌਪਈ ਸੁਣ ਲੱਜਤ ਹੋਇਓ ਮਰਦਾਨਾ, ਇਹ ਸੁਣ ਕੇ ਮਰਦਾਨਾ ਜੀ ਬੜੇ ਸ਼ਰਮਿੰਦਾ ਹੋਏ ਵੀ ਮੈਂ ਤੇ ਗੁਰੂ ਜੀ ਦਾ ਸਾਥ ਛੱਡ ਕੇ ਆ ਗਿਆ ਹਾਂ, ਵੀ ਮਹਾਰਾਜ ਮੈਂ ਤੇ ਨਹੀਂ ਤੁਹਾਡੇ ਕੋਲ ਰਹਿਣਾ, ਮੈਂ ਘਰ ਚੱਲਣਾ ਸੱਚੇ ਪਾਤਸ਼ਾਹ। ਹਾਂਜੀ ਗਰੀਬ ਨੀਚ ਕਰ ਕਛ ਨਾ ਬਖਾਨਾ, ਤੇ ਭਾਈ ਮਰਦਾਨਾ ਜੀ ਲੱਜਤ ਹੋਏ ਤੇ ਧੌਣ ਨੀਵੀਂ ਕਰ ਲਈ ਤੇ ਬਚਨ ਨਾ ਕੋਈ ਕੀਤਾ ਜੀ। ਹਾਂਜੀ ਹਿਰਦੈ ਵਿਖੇ ਹਰਖਤ ਬਹੁ ਭਇਓ, ਪਰ ਬਚਨ ਤੇ ਨਹੀਂ ਕਰਨ ਦੇ, ਮਨ 'ਚ ਬੜੇ ਖੁਸ਼ ਹੈ ਵੀ ਮਹਾਰਾਜ ਆ ਗਏ ਹੈ ਅਤੇ ਹੁਣ ਮੈਨੂੰ ਰਾਕਸ਼ਸ ਤੋਂ ਛਡਾ ਵੀ ਦੇਣਗੇ। ਹਾਂਜੀ ਜੀਵਨ ਜਾਨ ਜਨਮ ਮਮ ਨਯੋ, ਅਤੇ ਮਰਦਾਨਾ ਜੀ ਦੇ ਮਨ 'ਚ ਪਤਾ ਕੀ ਸੀ ਵੀ ਮਹਾਰਾਜ ਸੱਚੇ ਪਾਤਸ਼ਾਹ ਆ ਗਏ, ਮੈਨੂੰ ਨਵਾਂ ਹੀ ਜੀਵਨ ਮਿਲ ਗਿਆ, ਮੈਨੂੰ ਸਮਝੋ ਨਵਾਂ ਹੀ ਜੀਵਨ ਮਿਲ ਗਿਆ। ਹਾਂਜੀ ਮੁਝ ਸੋ ਬੋਲੇ ਦੀਨ ਦਯਾਲਾ, ਹਾਂਜੀ
ਇਹੋ ਜੋ ਕਰਾਹਾ ਤਪਤ ਬੇਸਾਲਾ। ਤੇ ਮਹਾਰਾਜ ਸੱਚੇ ਪਾਤਸ਼ਾਹ ਭਾਈ ਬਾਲੇ ਨੂੰ ਕਹਿਣ ਲੱਗੇ, ਮਹਾਰਾਜ ਕਹਿੰਦੇ ਬਾਲੇ ਆਹ ਜਿਹੜਾ ਤੇਲ ਦਾ ਕੜਾਹਾ ਗਰਮ ਹੋ ਰਿਹਾ ਨਾ, ਹਾਂਜੀ, ਇਸ ਮਹਿ ਮਰਦਾਨੇ ਕੋ ਪਾਵ ਹੈ। ਮਹਾਰਾਜ ਕਹਿੰਦੇ ਇਹਦੇ ਚ ਪਾਉਣਾ ਹੀ ਮਰਦਾਨੇ ਨੂੰ, ਤੇ ਆਪਾਂ ਵੇਖਣਾ ਖਲੋਤੇ ਗੱਜ ਕੇ ਆਖੋ ਵਾਹਿਗੁਰੂ, ਅਸੀਂ ਨੀ ਛਡਾਉਣਾ। ਮਹਾਰਾਜ ਕਹਿੰਦੇ ਇਹਦੇ ਚ ਪਾਉਣਾ ਹੀ ਮਰਦਾਨੇ ਨੂੰ, ਹਾਂਜੀ। ਤਲਕੈ ਤੇਲ ਵਿਖੇ ਪੁੰਨ ਖਾਵੇ ਹੈ। ਮਹਾਰਾਜ ਕਹਿੰਦੇ ਫਿਰ ਨਾ ਮਰਦਾਨੇ ਨੂੰ ਤਲ ਕੇ ਤੇ ਖਾ ਜਾਣਾ ਉਹਨੇ, ਕਹਿੰਦੇ ਅਸੀਂ ਵੇਖਾਂਗੇ ਸੁਣ ਦੋਵੇ, ਹਾਂਜੀ। ਦੂਰੇ ਰਹੇ ਨਹ ਦੇ ਦਿਖਾਈ, ਤੇ ਮਹਾਰਾਜ ਕਹਿੰਦੇ ਅਸੀਂ ਲੁਕ ਕੇ ਰਹਿਣਾ ਤੇ ਵੇਖੀ ਜਾਣਾ ਸਾਰਾ ਕੁਝ ਕਿਵੇਂ ਮਰਦਾਨੇ ਨੂੰ ਛਕਦਾ। ਮਹਾਰਾਜ ਹਾਸ ਰਸ ਕਰਦੇ ਜੀ, ਹਾਂਜੀ। ਸੁਣ ਕਰ ਮੈਂ ਪੁੰਨ ਗਿਰਾ ਅਲਾਈ, ਹਾਂਜੀ, ਨਹ ਆਏ ਜੈਸੇ ਤੁਮ ਆਏ, ਹਾਂਜੀ। ਜੇ ਰਾਖਸ ਤਲ ਲੇ ਵਹ ਖਾਏ, ਜੇ ਰਾਖਸ ਤਲ ਲੇ ਵਹ ਖਾਏ, ਕਹਿੰਦੇ ਭਾਈ ਬਾਲਾ ਜੀ ਕਹਿੰਦੇ ਮਹਾਰਾਜ ਜੇ ਰਾਖਸ਼ ਖਾ ਗਿਆ ਤੇ ਮਹਾਰਾਜ ਫਿਰ ਸਾਡੇ ਹੋਣ ਦਾ ਕੀ ਲਾਭ ਹੋਇਆ, ਮਹਾਰਾਜ ਬਚਾਉਣਾ ਤੇ ਪੈਣਾ ਹੀ ਹੈ ਇਹਨਾਂ ਨੂੰ, ਹਾਂਜੀ। ਦੋਹਰਾ ਸੋ ਬਿਦ ਪੂਰਬ ਕੀਜੀਏ, ਜਿਹ ਬਿਦ ਛੂਟ ਹੈ ਸੋਏ। ਇਹ ਮਹਾਰਾਜ ਜਿਵੇਂ ਉੱਥੇ ਬੈਠੇ ਬਚਨ ਕਰਦੇ ਸੀ ਨਾ ਮਰਦਾਨੇ ਨੂੰ ਬਚਾਉਣਾ, ਮਹਾਰਾਜ ਹੁਣ ਬਚਾਉਣ ਦਾ ਯਤਨ ਕਰੋ, ਕੜਾਹਾ ਗਰਮ ਹੋ ਚੱਲਾ ਰਾਖਸ਼ ਆਉਣ ਵਾਲਾ, ਹਾਂਜੀ। ਕਿੰਕਰ ਆਪਣੋ ਜਾਣੀਏ, ਪਤਨ ਨਾ ਇਹ ਕੋ ਹੋਏ। ਮਹਾਰਾਜ ਹੁਣ ਆਪਣਾ ਸੇਵਕ ਜਾਣੋ ਤੇ ਮਰਦਾਨੇ ਦਾ ਵੀ ਨਾਸ਼ ਨਾ ਹੋਵੇ, ਮਹਾਰਾਜ ਕੋਈ ਜੁਗਤੀ ਬਣਾਓ, ਹਾਂਜੀ। ਚੌਪਈ ਸ਼੍ਰੀ ਗੁਰ ਭਾਖ ਹੈ ਦੇਖ ਤਮਾਸ਼ਾ, ਸੁਜੋ ਕਰਤਾਰ ਦਿਖਾਏ ਬਿਲਾਸਾ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਮਰਦਾ ਬਾਲੇ ਤਮਾਸ਼ਾ ਵੇਖ, ਗੱਜ ਕੇ ਆਖੋ ਵਾਹਿਗੁਰੂ, ਤੂੰ ਤਮਾਸ਼ਾ ਵੇਖ ਕਹਿੰਦੇ ਜੋ ਰੱਬ ਵਿਖਾਵੇ, ਹਾਂਜੀ। ਨਹ ਰਾਖਸ ਕੋ ਦੇ ਦਿਖਾਈ, ਮਰਦਾਨਾ ਦੇਖਿਓ ਗੁਰ ਤਾਈ। ਮਰਦਾਨਾ ਦੇਖ ਹੈ ਗੁਰ ਤਾਈ, ਸਾਧ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਰਾਖਸ਼ ਨੂੰ ਨਹੀਂ ਵੇਖਦੇ ਤੇ ਮਰਦਾਨਾ ਜੀ ਨੂੰ ਦਰਸ਼ਨ ਹੋਈ ਜਾਂਦੇ ਹੈ ਜੀ, ਹੈਗੇ ਉੱਥੇ ਹੀ ਹੈ, ਰਾਖਸ਼ ਨੂੰ ਨਹੀਂ ਵੇਖਦੇ ਜੀ, ਹਾਂਜੀ। ਤਪਿਓ ਤੇਲ ਜਬ ਅਗਨ ਸਮਾਨਾ, ਉਧਰੋਂ ਤੇਲ ਦਾ ਕੜਾਹਾ ਗਰਮ ਹੋ ਗਿਆ ਤੇ ਮਰਦਾਨਾ ਜੀ ਵੇਖਣ ਵੀ ਮਹਾਰਾਜ ਕੋਈ ਯਤਨ ਹੀ ਨਹੀਂ ਕਰਨ ਦੇ, ਹੈਂ, ਤੇਲ ਦਾ ਕੜਾਹਾ ਪੂਰਾ ਗਰਮ ਹੋ ਗਿਆ, ਹਾਂਜੀ। ਖਲ ਕੇ ਗਹਿ ਲੀਨੋ ਮਰਦਾਨਾ, ਤੇ ਉਧਰ ਮਰਦਾਨਾ ਜੀ ਹੋਕੇ ਲੈਣ ਜੀ, ਜਦੋਂ ਤੇਲ ਤਪ ਰਿਹਾ ਨਾ ਤੇ ਸਾਹਮਣੇ ਰਾਖਸ਼ ਦਾ ਭਿਆਨਕ ਚਿਹਰਾ, ਮਰਦਾਨਾ ਜੀ ਤੇ ਲੈਣ ਹੋਕੇ, ਹਾਂਜੀ। ਬਲ ਕੇ ਸੰਗ ਤੇਲ ਮਹਿ ਡਾਰਾ, ਕਿਗ ਕੈ ਸ਼੍ਰੀ ਗੁਰ ਨਾਮ ਉਚਾਰਾ, ਤੇ ਉਧਰ ਰਾਖਸ਼ ਨੇ ਫੜ ਕੇ ਭਾਈ ਮਰਦਾਨਾ ਜੀ ਨੂੰ ਤੇਲ ਦੇ ਕੜਾਹੇ 'ਚ ਸੁੱਟਤਾ, ਤੇ ਜਦੋਂ ਤੇਲ ਦੇ ਕੜਾਹੇ 'ਚ ਪਾ ਰਹੇ ਸਨ ਨਾ, ਮਰਦਾਨਾ ਜੀ ਨੇ ਅੱਖਾਂ ਬੰਦ ਕਰ ਲਈਆਂ ਤੇ ਕਿਗਿਆ ਕੇ ਦਾ ਹੁੰਦਾ ਪੂਰਾ ਆਂਦਰਾਂ ਦਾ ਜ਼ੋਰ ਲਾ ਕੇ ਨਾ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਦਾ ਨਾਮ ਲੈਣ ਲੱਗ ਪਏ ਜੀ, ਮਹਾਰਾਜ ਗੁਰੂ ਨਾਨਕ ਸਾਹਿਬ ਬਚਾ ਲਓ ਮਹਾਰਾਜ ਮਰ ਚੱਲਾ ਚ, ਹਾਂਜੀ। ਤਰਾਹੇ ਤਰਾਹੇ ਨਿਜ ਬਿਰਦ ਸੰਭਾਲ, ਮਹਾਰਾਜ ਬਖਸ਼ ਲਓ ਮਹਾਰਾਜ, ਮੇਰੇ ਗਰੀਬ ਦੀ ਇੱਜ਼ਤ ਰੱਖ ਲਓ, ਬਚਾ ਲਓ ਮਹਾਰਾਜ, ਹਾਂਜੀ। ਪਾਹੇ ਪਾਹੇ ਮੁਝ ਜਰਤ ਉਬਾਰ ਹੋ, ਹਾਂਜੀ। ਗੁਨਹ ਗੁਨਨ ਕੋ ਅਬ ਨਹ ਕਾਲਾ, ਮਹਾਰਾਜ ਇਹ ਸਮਾਂ ਮਹਾਰਾਜ ਔਗੁਣ ਵੇਖਣ ਦਾ ਨਹੀਂ ਹੈਗਾ, ਮਹਾਰਾਜ ਮੈਨੂੰ ਬਚਾ ਲਓ, ਭਾਈ ਮਰਦਾਨਾ ਜੀ ਚੀਕ ਚੀਕ ਕੇ ਬੇਨਤੀ ਕਰਨ ਲੱਗ ਪਏ, ਹਾਂਜੀ। ਰੱਛਾ ਕੋ ਇਹ ਸਮਹ ਕਿਰਪਾਲਾ, ਇਹ ਉਦੋਂ ਆਖਿਆ ਜਦੋਂ ਰਾਖਸ਼ ਚੁੱਕ ਕੇ ਤੇ ਭਾਈ ਮਰਦਾਨਾ ਜੀ ਨੂੰ ਨਾ ਤੇਲ ਦੇ ਕੜਾਹੀ 'ਚ ਸੁੱਟ ਰਿਹਾ ਸੀਗਾ, ਅਜੇ ਮਰਦਾਨਾ ਜੀ ਤੇਲ ਦੇ ਕੜਾਹੀ ਵਿੱਚ ਗਏ ਨਹੀਂ ਸਨ, ਅਜੇ ਤਾਂ ਹੀ ਸੀਗੇ, ਤੇ ਮਹਾਰਾਜ ਦਾ ਉੱਚੀ ਉੱਚੀ ਨਾਮ ਲੈਣ, ਹਾਂਜੀ। ਦੋਹਰਾ ਤੇਲ ਭਇਓ ਸੀਤਲ ਤਬਹਿ, ਦੇਹ ਪਰਸ ਕਰ ਸੋਏ। ਜੱਜ ਕੇ ਆਖੋ ਵਾਹਿਗੁਰੂ, ਤਪਦਾ ਤੇਲ ਦਾ ਕੜਾਹਾ, ਤੇ ਜਦੋਂ ਭਾਈ ਮਰਦਾਨਾ ਜੀ ਸਾਧ ਸੰਗਤ ਜੀ ਤਪਦੇ ਤੇਲ ਦੇ ਕੜਾਹੇ ਵਿੱਚ ਪ੍ਰਵੇਸ਼ ਹੋਏ ਤੇ ਮੁੱਖ ਵਿੱਚ ਗੁਰੂ ਨਾਨਕ ਸਾਹਿਬ ਦਾ ਨਾਮ ਸੀਗਾ ਪਿਆਰੇ, ਉਹ ਤੇਲ ਦਾ ਕੜਾਹਾ ਜਿਹੜਾ ਤਪ ਰਿਹਾ ਸੀ ਉਹ ਠੰਡਾ ਹੋ ਗਿਆ ਜੀ, ਉਸੇ ਵੇਲੇ ਤੇਲ ਦਾ ਕੜਾਹਾ ਠੰਡਾ ਹੋ ਗਿਆ ਜੀ,
ਤਪਤ ਕੜਾਹਾ ਬੁੱਝ ਗਿਆ ਗੁਰ ਸੀਤਲ ਨਾਮ ਦਿਓ। ਹਾਂਜੀ, ਪਾਵਕ ਤੇਜ ਨਾ ਛੋਹ ਸਕਾ ਜਿਉ ਹਿਮ ਰਿਤ ਕੋ ਤੋਏ। ਉਹ ਤੇ ਐ ਠੰਡਾ ਹੋ ਗਿਆ, ਠੰਡਾ ਹੋ ਗਿਆ ਜਿਵੇਂ ਅੱਗ ਬਰਫ਼ ਦੇ ਲਾਗੇ ਕੀ ਜਾਏਗੀ ਜੀ। ਹਾਂਜੀ, ਬਰਫ਼ ਹੈ, ਬਹੁਤ ਠੰਡੀ ਹੈ। ਹੁਣ ਭਾਈ ਮਰਦਾਨਾ ਜੀ ਨੂੰ ਤੇ ਇਹੋ ਜਿਹੀਆਂ ਹਵਾ ਆਉਣ ਲੱਗ ਪਈਆਂ। ਹਾਂਜੀ, ਚੌਪਈ ਨਿਜ ਸਰੂਪ ਗੁਰ ਤਬਹਿ ਦਿਖਾਇਆ। ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਰਾਕਸ਼ਸ ਨੂੰ ਆਪਣਾ ਰੂਪ ਵਿਖਾਇਆ ਜੀ। ਜਦੋਂ ਤੇਲ ਦਾ ਕੜਾਇਆ ਠੰਡਾ ਹੋ ਗਿਆ ਨਾ, ਤੇ ਰਾਕਸ਼ਸ ਵੇਖੇ ਵੀ ਤੇਲ ਅਸਰ ਹੀ ਨਹੀਂ ਕਰਨ ਦਿਆ, ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਰਾਕਸ਼ਸ ਨੂੰ ਆਪਣਾ ਰੂਪ ਵਿਖਾਇਆ ਜੀ। ਹਾਂਜੀ, ਦੇਖਤ ਰਾਖਸ ਵਾਕ ਅਲਾਇਆ। ਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਰਾਕਸ਼ਸ ਵੱਲ ਵੇਖਿਆ, ਤੇ ਰਾਕਸ਼ਸ ਨੇ ਗੁਰੂ ਜੀ ਦੇ ਦਰਸ਼ਨ ਕੀਤੇ, ਤੇ ਮਹਾਰਾਜ ਨੇ ਰਾਕਸ਼ਸ ਨੂੰ ਨਾ ਇੰਜ ਆਖਿਆ। ਹਾਂਜੀ, ਕੋ ਹੈ ਤੂੰ ਕਹਿਤੇ ਚੱਲ ਆਇਓ, ਤਪਤ ਕਰਾਹਾ ਜਿਨ ਸਿਤਲਾਇਓ। ਪਹਿਲਾਂ ਮਹਾਰਾਜ ਨੇ ਤੇ ਬਚਨ ਕਰਨਾ ਸੀ, ਤੇ ਰਾਕਸ਼ਸ ਬੋਲ ਪਿਆ, ਕਹਿੰਦਾ ਕੌਣ ਹੋ ਤੁਸੀਂ? ਤਪ ਦਾ ਕੜਾਇਆ ਠੰਡਾ ਕਰਦਾ ਆ ਕੇ ਤੁਸੀਂ ਕੌਣ ਹੋ? ਹਾਂਜੀ, ਬਿਗਸੇ ਸ੍ਰੀ ਮੁਖ ਬਚਨ ਬਖਾਨਾ। ਹਾਂਜੀ, ਕੋਡਾ ਕਰ ਤੂੰ ਇਹ ਕੋ ਖਾਨਾ। ਗੱਜ ਕੇ ਆਖੋ ਵਾਹਿਗੁਰੂ। ਜਦੋਂ ਉਹਨੇ ਪੁੱਛਿਆ ਨਾ ਤੁਸੀਂ ਕੌਣ ਹੋ, ਤੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਕਹਿੰਦੇ ਕੌਡੇ ਤੂੰ ਖਾ ਹਾਂ ਇਹਨੂੰ ਕਹਿੰਦੇ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਕੌਡੇ ਖਾ ਲਾ ਤੂੰ ਇਹਨੂੰ। ਹਾਂਜੀ, ਕਿਉ ਭਖਣ ਮਹਿ ਕੀਨੀ ਦੇਰਾ। ਤੁਹਾਡੇ ਖਾਣ ਚ ਦੇਰ ਕਿਉਂ ਕੀਤੀ? ਉਹ ਮਹਾਰਾਜ ਕਹਿੰਦੇ ਖਾਧਾ ਕਿਉਂ ਨਹੀਂ ਉਹ? ਹਾਂਜੀ, ਬਿਨਾ ਤਲੇ ਭਖ ਭੋਜਨ ਤੇਰਾ। ਤੇ ਮਹਾਰਾਜ ਕਹਿੰਦੇ ਲੱਗਦਾ ਬਿਨਾ ਤਲੇ ਤੋਂ ਤੈਨੂੰ ਖਾਣਾ ਚੰਗਾ ਨਹੀਂ ਲੱਗਦਾ। ਮਹਾਰਾਜ ਕਹਿੰਦੇ ਉਹ ਤੇਲ ਨਹੀਂ ਨਾ, ਤੇਲ ਨੂੰ ਠੰਡਾ ਹੋ ਗਿਆ। ਹਾਂਜੀ, ਬਿਸਮੇ ਉਹ ਰਾਖਸ ਵਾਕ ਉਚਾਰਾ, ਤੁਮ ਕਿਉ ਜਾਣਤ ਨਾਮ ਹਮਾਰਾ। ਗੱਜ ਕੇ ਆਖੋ ਵਾਹਿਗੁਰੂ। ਪਿਆਰਿਓ, ਅੱਜ ਤੱਕ ਕੌਡੇ ਰਾਕਸ਼ਸ ਦਾ ਨਾਮ ਨਹੀਂ ਕਿਸੇ ਨੇ ਲਿਆ ਜੀ, ਤੇ ਨਾ ਕੌਡੇ ਨੇ ਆਪਣਾ ਨਾਮ ਕਿਸੇ ਨੂੰ ਦੱਸਿਆ ਸੀ ਵੀ ਮੇਰਾ ਨਾਮ ਕੌਡਾ ਹੈ, ਉਹਨੇ ਨਹੀਂ ਨਾਮ ਦੱਸਿਆ ਜੀ। ਉਹ ਬੜਾ ਹੈਰਾਨ ਹੋ ਗਿਆ, ਕਹਿੰਦਾ ਇਹਨਾਂ ਨੂੰ ਮੇਰਾ ਨਾਮ ਕਿਵੇਂ ਪਤਾ ਲੱਗ ਗਿਆ? ਮੈਂ ਤੇ ਆਪਣਾ ਨਾਮ ਨਹੀਂ ਦੱਸਿਆ। ਉਹ ਮਹਾਰਾਜ ਸੱਚੇ ਪਾਤਸ਼ਾਹ ਨੂੰ ਪੁੱਛਣ ਲੱਗਾ, ਪੂਰਬ ਕਬਹਿ ਨਾ ਮਿਲਣਾ ਭਇਓ। ਉਹ ਮਹਾਰਾਜ ਨੂੰ ਪੁੱਛਣ ਲੱਗਾ, ਕਹਿੰਦਾ ਤੁਮ ਕਿਉਂ ਜਾਣਤ ਨਾਮ ਹਮਾਰਾ, ਕਹਿੰਦਾ ਤੁਹਾਨੂੰ ਮੇਰਾ ਨਾਮ ਕਿਵੇਂ ਪਤਾ? ਪੂਰਬ ਕਬਹਿ ਨਾ ਮਿਲਣਾ ਭਇਓ, ਪਹਿਲਾਂ ਤੇ ਅਸੀਂ ਕਦੀ ਮਿਲੇ ਨਹੀਂ ਆ। ਹਾਂਜੀ, ਅਬਹੇ ਸਰੂਪ ਬਲੋਕਿਓ ਨਯੋ, ਮੈਂ ਜੀਵਨ ਵਿੱਚ ਤੁਹਾਨੂੰ ਪਹਿਲੀ ਵਾਰੀ ਵੇਖਿਆ, ਤੁਹਾਨੂੰ ਮੇਰਾ ਨਾਮ ਕਿਵੇਂ ਪਤਾ ਹੈ? ਗੱਜ ਕੇ ਆਖੋ ਵਾਹਿਗੁਰੂ। ਸਾਧ ਸੰਗਤ ਜੀ, ਗੁਰੂ ਨੂੰ ਨਾਮ ਹੀ ਨਹੀਂ ਪਤਾ, ਗੁਰੂ ਨੂੰ ਕੰਮ ਵੀ ਪਤਾ ਬੰਦੇ ਦੇ ਜੀ, ਕਿਹੋ ਕਿਹੋ ਜੇ ਕੰਮ ਹੈ। ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਗਰੀਬਾਂ ਨੂੰ ਬਖਸ਼ ਲੈਣ, ਗੁਰੂ ਨੂੰ ਸਭ ਪਤਾ ਜੀ, ਮਹਾਰਾਜ ਬਖਸ਼ ਲਓ। ਹਾਂਜੀ, ਦੋਹਰਾ ਆਸ ਪ੍ਰਕਾਰ ਮੁਖ ਕਹਿਤ ਹੀ ਉਪਜਿਓ ਪੂਰਬ ਗਿਆਨ। ਬਸ ਮਹਾਰਾਜ ਨੇ ਉਹਦੇ ਵੱਲ ਪਾਈ ਦ੍ਰਿਸ਼ਟੀ, ਅਤੇ ਕੌਡੇ ਨੂੰ ਉਸੇ ਵੇਲੇ ਪਹਿਲੇ ਜਨਮਾਂ ਦਾ ਗਿਆਨ ਹੋ ਗਿਆ ਜੀ, ਪਹਿਲੇ ਜਨਮਾਂ ਦਾ ਜੀ, ਆਪਣੇ ਪੂਰਵਲੇ ਜਨਮ ਦਾ ਗਿਆਨ ਹੋਇਆ। ਭਾਵ ਜੋ ਇਹਦਾ ਜਨਮ ਪਿਛਲਾ ਸੀਗਾ, ਜਿਸ ਹਿਸਾਬ ਨਾਲ ਇਹਦਾ ਪਹਿਲਾ ਜੀਵਨ ਸੀ, ਇਹਨੂੰ ਆਪਣੇ ਪਹਿਲੇ ਜੀਵਨ ਦਾ ਗਿਆਨ ਹੋਇਆ ਜੀ। ਹਾਂਜੀ, ਦਰਸ਼ਨ ਕੇ ਪ੍ਰਤਾਪ ਤੇ ਭਈ ਸਰਾਪ ਕੀ ਹਾਨ। ਮਾਨੋ ਗੁਰੂ ਸਾਹਿਬ ਦੇ ਦਰਸ਼ਨਾਂ ਕਰਕੇ ਜੀ ਸੁੱਧ ਪਲਟ ਗਈ ਸੀਗੀ ਜੀ। ਪਤਾ ਨਹੀਂ ਕੌਡੇ ਨੂੰ ਕੀ ਹੋ ਗਿਆ, ਕੌਡਾ ਠੰਡਾ ਹੋ ਗਿਆ ਜੀ ਇਕਦਮ। ਹਾਂਜੀ, ਚੌਪਈ ਸੁੱਧ ਕੋ ਪਾਏ ਮੁਕਰ ਨਿਜ ਲਿਆਇਓ। ਇਹ ਸੁੱਧ ਆਈ ਜੀ ਇਹਦੇ ਮਨ ਵਿੱਚ, ਤੇ ਭੱਜ ਕੇ ਆਪਣੇ ਜਿਹੜਾ ਇਹਦਾ ਕੁਟੀਆ ਸੀ ਨਾ, ਇਹ ਆਪਣੀ ਉਸ ਝੁੱਗੀ ਦੇ ਵਿੱਚ ਗਿਆ ਜਿੱਥੇ ਰਹਿੰਦਾ ਸੀਗਾ, ਅਤੇ ਜਾ ਕੇ ਆਪਣੀ ਝੁੱਗੀ 'ਚੋਂ ਨਾ ਇੱਕ ਸ਼ੀਸ਼ਾ ਕੱਢ ਕੇ ਲੈ ਕੇ ਆਇਆ ਜੀ। ਗੱਜ ਕੇ ਆਖੋ ਵਾਹਿਗੁਰੂ। ਕੌਡਾ ਇੱਕ ਸ਼ੀਸ਼ਾ ਲੈ ਕੇ ਆਇਆ, ਸ਼ੀਸ਼ਾ। ਹਾਂਜੀ, ਸ਼੍ਰੀ ਗੁਰ ਆਗੈ ਧਰ ਦਿਖਰਾਇਓ। ਅਤੇ ਮਹਾਰਾਜ ਗਰੀਬ ਨਵਾਜ ਜੀ ਦੇ ਸਾਹਮਣੇ ਸ਼ੀਸ਼ਾ ਰੱਖਤਾ ਜੀ, ਅਤੇ ਪਿੱਛੋਂ ਦੀ ਹੋ ਕੇ ਨਾ ਮਹਾਰਾਜ ਦਾ ਮੁੱਖ ਸ਼ੀਸ਼ੇ 'ਚੋਂ ਵੇਖਣ ਲੱਗ ਪਿਆ ਜੀ ਕੌਡਾ।
ਹਾਂਜੀ ਜਬ ਪ੍ਰਤਬਿੰਬ ਦੇਖ ਮੁਖ ਕੇਰਾ, ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇੱਕਦਮ ਸਹੀ ਅਕਸ ਸ਼ੀਸ਼ੇ ਵਿੱਚ ਵੇਖਿਆ, ਇੱਕਦਮ ਸਹੀ ਚਿਹਰਾ ਕੌਡੇ ਨੇ ਸ਼ੀਸ਼ੇ ਵਿੱਚ ਵੇਖਿਆ। ਹਾਂਜੀ ਪਰੇ ਉਹ ਚਰਨ ਪਰ ਹੋਵੇ ਬਿਨ ਦੇਰਾ, ਤੇ ਬਸ ਪਤਾ ਨਹੀਂ ਕੌਡੇ ਨੂੰ ਕੀ ਹੋ ਗਿਆ, ਭਾਈ ਮਰਦਾਨਾ ਜੀ ਕੜਾਹੀ 'ਚ ਬੈਠੇ ਵੇਖਣ ਦੇ ਹੈ। ਕੌਡਾ ਉਸੇ ਵੇਲੇ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ 'ਚ ਲੰਮੇ ਪੈ ਗਿਆ ਜੀ, ਆ ਕੇ ਜੀ ਮੱਥਾ ਟੇਕੀ ਆਖੋ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਕੌਡਾ 'ਤੇ ਪੈ ਗਿਆ ਲੰਮੇ ਮਹਾਰਾਜ ਦੇ ਚਰਨਾਂ 'ਚ ਜੀ। ਹਾਂਜੀ ਕਰ ਬੰਧਨ ਹੋਇਓ ਪੁਨ ਠਾਡਾ, ਮੱਥਾ ਟੇਕ ਕੇ ਕੌਡਾ ਸਾਹਮਣੇ ਖਲੋ ਗਿਆ ਮਹਾਰਾਜ ਦੇ। ਹਾਂਜੀ ਮਨ ਅਨੁਰਾਗ ਅਧਿਕ ਜਿਹ ਬਾਡਾ, ਤੇ ਕੌਡੇ ਦੇ ਮਨ ਵਿੱਚ ਬੜਾ ਪਿਆਰ ਉਪਜਿਆ ਜੀ, ਬੜਾ ਪਿਆਰ ਉਪਜਿਆ। ਹਾਂਜੀ ਬੰਦ ਹੱਥ ਦੋਵੇਂ ਗੁਰੂ ਅਗਾਰੀ, ਦੋਵੇਂ ਹੱਥ ਜੋੜੇ ਜੀ ਕੌਡੇ ਨੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਅੱਗੇ। ਹਾਂਜੀ ਗਦ ਗਦ ਗਿਰਾ ਹਰਖ ਉਰ ਭਾਰੀ, ਤੇ ਕੌਡਾ ਇੰਨਾ ਖੁਸ਼ ਹੈ ਜੀ ਵੀ ਕੌਡੇ ਦੇ ਕੋਲੋਂ ਖੁਸ਼ੀ ਵਿੱਚ ਬੋਲਿਆ ਨਹੀਂ ਜਾ ਰਿਹਾ ਜੀ, ਇੰਨਾ ਖੁਸ਼ ਹੋ ਰਿਹਾ ਉਹ। ਹਾਂਜੀ ਕਮਲ ਬਦਨ ਬੂਝਤ ਤਹਿ ਤਾਈ, ਤੇ ਮਹਾਰਾਜ ਗਰੀਬ ਨਿਵਾਜ ਸੱਚੇ ਪਾਤਸ਼ਾਹ ਉਹਦੇ ਤੋਂ ਪੁੱਛਦੇ ਹੈ। ਹਾਂਜੀ ਬ੍ਰਿਥਾ ਆਪਣੀ ਦੇਹੋ ਬਤਾਈ, ਮਹਾਰਾਜ ਕਹਿੰਦੇ ਸਾਨੂੰ ਵੀ ਆਪਣੀ ਕਹਾਣੀ ਸੁਣਾ ਭਾਈ, ਕੌਣ ਹੈ ਤੂੰ? ਮਹਾਰਾਜ ਨੂੰ ਪੁੱਛਦਾ ਸੀ ਵੀ ਤੁਸੀਂ ਕੌਣ ਹੋ, ਤੇ ਮਹਾਰਾਜ ਹੁਣ ਇਹਨੂੰ ਪੁੱਛਦੇ, ਮਹਾਰਾਜ ਕਹਿੰਦੇ ਸਾਨੂੰ ਵੀ ਆਪਣੀ ਕਹਾਣੀ ਸੁਣਾ, ਕੌਣ ਹੈ ਤੂੰ? ਹਾਂਜੀ ਪੂਰਬ ਦੇਹੋ ਰਜਾਏ ਗੁਣ ਮੰਦਿਰ, ਹਾਂਜੀ ਆਨੋ ਭੇਟ ਮਧੁਰ ਫਲ ਸੁੰਦਰ। ਕੌਡਾ ਕਹਿੰਦਾ ਮਹਾਰਾਜ ਸੁਣਾਵਾਂਗਾ, ਪਰ ਮਹਾਰਾਜ ਪਹਿਲਾਂ ਮੈਨੂੰ ਨਾ ਰਜਾ ਦਿਓ, ਆਗਿਆ ਦਿਓ, ਤੇ ਮੈਂ ਮਹਾਰਾਜ ਤੁਹਾਨੂੰ ਫਲ ਛਕਾਉਣਾ ਚਾਹੁੰਦਾ। ਗੱਦ ਕੇ ਆਖ ਵਾਹਿਗੁਰੂ, ਵੇਖ ਲਓ ਗੁਰੂ ਦਾ ਪ੍ਰਤਾਪ, ਜਿਹੜਾ ਬੰਦੇ ਤਲ ਤਲ ਖਾਂਦਾ ਗੁਰੂ ਸਾਹਿਬ ਨੂੰ ਫਲ ਛਕਾਉਣੇ ਜੀ ਉਹਨੇ ਜੀ। ਹਾਂਜੀ ਬਹੁਰੋ ਉਚਰੋ ਆਪਣੀ ਗਾਥਾ, ਮਹਾਰਾਜ ਮੈਂ ਫਿਰ ਆਪਣੀ ਗਾਥਾ ਦੱਸਾਂਗਾ ਵੀ ਮੈਂ ਕੌਣ ਆ। ਪਹਿਲਾਂ ਸੱਚੇ ਪਾਤਸ਼ਾਹ ਮਹਾਰਾਜ ਮੇਰੇ ਹੱਥੋਂ ਫਲ ਲੈ ਕੇ ਛਕਣੇ ਪੈਣੇ ਆਪ ਜੀ ਨੂੰ। ਹਾਂਜੀ ਜਿਸ ਪ੍ਰਕਾਰ ਬੀਤੀ ਮੁਝ ਸਾਥਾ, ਆਇਸ ਪਾਏ ਗਯੋ ਬਨ ਮਾਹੀ, ਆਗਿਆ ਪਾ ਕੇ ਉਹਨਾਂ ਚਿਰ ਨੂੰ ਮਰਦਾਨਾ ਜੀ ਕੜਾਹੀ ਚੋਂ ਬਾਹਰ ਆ ਗਏ ਜੀ। ਹਾਂਜੀ ਤੇ ਆਗਿਆ ਪਾ ਕੇ ਜੰਗਲ ਵਿੱਚ ਗਿਆ ਜੀ ਕੌਡਾ। ਹਾਂਜੀ ਜੇਹਠਾਂ ਸੁਫਲੇ ਬਿਟਪ ਸੁਹਾਹੀ, ਤੇ ਜਿੱਥੇ ਬਹੁਤ ਸੋਹਣੇ ਬੇਰ ਲੱਗੇ ਸੀ, ਕਿੱਥੇ ਪੰਕਤੀ, ਜਿੱਥੇ ਬਹੁਤ ਸੋਹਣੇ ਬੇਰ ਲੱਗੇ ਸੀ, ਫਲਾਂ ਵਾਲੇ ਰੁੱਖ ਲੱਗੇ ਸੀਗੇ। ਹਾਂਜੀ ਬੀਨ ਬੀਨ ਕੇ ਮਧੁਰੇ ਆਨੇ, ਕੌਡਾ ਆਪ ਆਪਣੇ ਹੱਥੋਂ ਫਲ ਤੋੜ ਕੇ ਚੁਣ ਚੁਣ ਕੇ ਫਲ ਜਿਹੜੇ ਉਹ ਕੱਢਦਾ ਜੀ, ਚੁਣ ਚੁਣ ਕੇ। ਹਾਂਜੀ ਜਿਨਹ ਦੇਖ ਮੁਨ ਮਨ ਲਲ ਚਾਨੇ, ਬੜੇ ਸੋਹਣੇ ਫਲ, ਐਸੇ ਫਲ ਲੈ ਕੇ ਆਇਆ ਚੁਗੇ ਉਹਨੇ ਜਿਹਨੂੰ ਵੇਖ ਕੇ ਹਰ ਇੱਕ ਦਾ ਖਾਣ ਨੂੰ ਜੀ ਕਰੇ ਜੀ। ਹਾਂਜੀ ਸਰਬ ਧਰੇ ਜਬ ਗੁਰੂ ਅਗਾਰੀ, ਆਇਆ ਤੇ ਆ ਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਫਲ ਰੱਖ ਦਿੱਤੇ ਜੀ ਉਹਨੇ, ਮਹਾਰਾਜ ਛਕੋ। ਹਾਂਜੀ ਬਿਗਸ ਬਦਨ ਤੇ ਗਿਰਾ ਉਚਾਰੀ, ਮਹਾਰਾਜ ਨਾ ਖੁਸ਼ ਹੋ ਗਏ ਸੱਚੇ ਪਾਤਸ਼ਾਹ ਕੌਡੇ ਤੇ ਖੁਸ਼ ਹੋ ਗਏ ਨਾ, ਖੁਸ਼ ਹੋ ਕੇ ਮਹਾਰਾਜ ਕੌਡੇ ਨੂੰ ਕਹਿਣ ਲੱਗੇ, ਮਰਦਾਨਾ ਆਪਣਾ ਗੁਰ ਮਾਨੋ, ਮਹਾਰਾਜ ਕਹਿੰਦੇ ਕੌਡੇ ਸਾਨੂੰ ਨਾ ਦੇ, ਆਪਣੇ ਗੁਰੂ ਨੂੰ ਦੇ। ਗੱਜ ਕੇ ਆਖੋ ਵਾਹਿਗੁਰੂ, ਫਲ ਆਪਣੇ ਗੁਰੂ ਨੂੰ ਦੇ। ਮਹਾਰਾਜ ਕੌਣ? ਮਹਾਰਾਜ ਕਹਿੰਦੇ ਮਰਦਾਨਾ ਤੇਰਾ ਗੁਰੂ ਹੈ, ਮਰਦਾਨਾ ਤੇਰਾ ਅਸਲੀ ਗੁਰੂ। ਹਾਂਜੀ ਫਲ ਧਰ ਆਗੇ ਬੰਧਨ ਠਾਨੋ, ਮਹਾਰਾਜ ਕਹਿੰਦੇ ਮਰਦਾਨੇ ਅੱਗੇ ਫਲ ਰੱਖ ਕੇ ਮੱਥਾ ਟੇਕ। ਹਾਂਜੀ ਪੂਜਾ ਕੀ ਜਹਿ ਹੋਏ ਉਦਾਰਾ, ਉਧਰੋਂ ਮਰਦਾਨਾ ਜੀ ਮਹਾਰਾਜ ਦੇ ਪਿੱਛੇ ਲੁਕੀ ਜਾਣ। ਗੱਦ ਕੇ ਆਖੋ ਵਾਹ, ਕਿਉਂ ਉਹਨਾਂ ਨੂੰ ਡਰ ਆਉਂਦਾ ਸੀਗਾ ਵੀ ਬੜਾ ਰਾਕਸ਼ਸ ਭਿਆਨਕ, ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਰਦਾਨੇ ਨੂੰ ਮੰਨ, ਇਹਦੀ ਪੂਜਾ ਕਰ ਮਹਾਰਾਜ ਕਹਿੰਦੇ। ਹਾਂਜੀ ਸੁਣ ਕੌਡੇ ਪੁਨ ਬਚਨ ਉਚਾਰਾ, ਤੇ ਕੌਡਾ ਰਾਕਸ਼ਸ ਸੁਣ ਕੇ ਇੰਜ ਕਹਿੰਦਾ ਮਹਾਰਾਜ ਨੂੰ। ਹਾਂਜੀ ਚੌਪਈ ਸੀਸ ਮੁਕਟ ਅਬ ਹੈ ਇਹ ਮੇਰਾ, ਜਾ ਕੇ ਮਿਲੇ ਆਨੰਦ ਘਨੇਰਾ। ਮਹਾਰਾਜ ਇਹਦੇ ਵਿੱਚ ਤੇ ਸ਼ੱਕ ਕੋਈ ਨਹੀਂ ਹੈ,
ਮਰਦਾਨੇ ਕਰਕੇ ਮੈਨੂੰ ਤੁਹਾਡੇ ਦਰਸ਼ਨ ਹੋਏ ਆ, ਇਹ ਨਾ ਆਉਂਦਾ ਤਾਂ ਦਰਸ਼ਨ ਕਿਵੇਂ ਹੋਣੇ ਸਨ ਜੀ। ਮਹਾਰਾਜ ਤੇ ਮੇਰੇ ਸਿਰ ਦਾ ਤਾਜ ਹੈ ਤਾਜ। ਹਰਖਤ ਹੋਵੇ ਬੋਲਿਓ ਮਰਦਾਨਾ, ਸਭ ਪ੍ਰਾਪਤ ਮੁਝ ਹੇ ਗਤ ਦਾਨਾ। ਤੇ ਮਰਦਾਨਾ ਜੀ ਪਿੱਛੋਂ ਲੁਕ ਕੇ ਨਾ ਕਹਿੰਦੇ, ਨਹੀਂ ਨਹੀਂ ਮਹਾਰਾਜ ਮੈਨੂੰ ਨੀ ਕੋਈ ਫਲ ਚਾਹੀਦਾ, ਮੈਨੂੰ ਮਿਲ ਗਏ ਸਾਰੇ ਫਲ। ਗੱਜ ਕੇ ਆਖੋ ਵਾਹਿਗੁਰੂ, ਉਹਨਾਂ ਦੀ ਤੇ ਜਾਨ ਬਚ ਗਈ, ਉਹਨਾਂ ਨੂੰ ਇਹੋ ਫਲ ਮਿਲ ਗਿਆ ਜੀ, ਨਹੀਂ ਤਾਂ ਤਲੇ ਜਾਣਾ ਸੀਗਾ। ਕਹਿੰਦੇ ਮਹਾਰਾਜ ਆ ਗਏ ਫਲ ਸਾਰੇ ਆ ਗਏ ਮਹਾਰਾਜ, ਛਕ ਲਿਆ ਮੈਂ ਸਾਰਾ ਕੁਛ। ਹਾਂਜੀ, ਬਖਸੋ ਖਤਾ ਕੀਨ ਮੈਂ ਭਾਰੀ, ਮਹਾਰਾਜ ਫਲ ਨਾ ਦਿਓ ਤੇ ਮੇਰੀ ਭੁੱਲ ਬਖਸ਼ ਦਿਓ। ਮਹਾਰਾਜ ਮੈਂ ਜਿੱਦ ਕਰ ਬੈਠਾ ਤੁਹਾਡੇ ਨਾਲ, ਅਸਲ 'ਚ ਖੇਡ ਤੇ ਮਹਾਰਾਜ ਦੀ ਆਪਣੀ ਸੀ ਸਾਧ ਸੰਗਤ ਦੀ। ਕੌਡੇਵ ਤੱਕ ਪਹੁੰਚਣਾ ਕਿਵੇਂ ਹੈ, ਇਹ ਵੀ ਤੇ ਮਹਾਰਾਜ ਨੇ ਵਿੱਧ ਬਣਾਉਣੀ ਸੀ ਨਾ ਜੀ। ਹਾਂਜੀ, ਮੇਟਨ ਕਰੀ ਰਜਾਏ ਤੁਮਾਰੀ। ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ, ਮਹਾਰਾਜ ਮੈਂ ਆਪ ਜੀ ਦੀ ਆਗਿਆ ਮੇਟੀ, ਮਹਾਰਾਜ ਉਹਦਾ ਦੁੱਖ ਮੈਨੂੰ ਲੱਗਾ। ਮਹਾਰਾਜ ਜੇ ਤੁਸੀਂ ਮੈਨੂੰ ਰੋਕਦੇ ਮੈਂ ਰੁਕਦਾ, ਤੇ ਮੈਨੂੰ ਇਹਦਾ ਸਾਹਮਣਾ ਨਹੀਂ ਸੀ ਕਰਨਾ ਪੈਣਾ। ਹਾਂਜੀ, ਨਿਜ ਪ੍ਰਸੰਨਤਾ ਮੋਹ ਪਰ ਕੀਜੈ, ਸਦਾ ਸੰਗ ਅਬ ਮੁਝੈ ਰਖੀ। ਤੇ ਹੁਣ ਪਤਾ ਮਰਦਾਨਾ ਜੀ ਗੁਰੂ ਸਾਹਿਬ ਦੇ ਪਿੱਛੇ ਲੁਕੇ ਕੀ ਕਹਿੰਦੇ, ਮਹਾਰਾਜ ਜੇ ਮੈਂ ਹੁਣ ਆਖਾਂ ਵੀ ਨਾ ਵੀ ਮੈਂ ਕਿਤੇ ਜਾਣਾ, ਤੇ ਮਹਾਰਾਜ ਮੈਨੂੰ ਛੁੱਟੀ ਨਾ ਦਿਓ। ਗੱਜ ਕੇ ਆਖੋ ਵਾਹਿਗੁਰੂ, ਮਹਾਰਾਜ ਹੁਣ ਨਾ ਛੁੱਟੀ ਦਿਓ, ਮੈਂ ਜੋ ਮਰਜ਼ੀ ਆਖਾਂ ਤੁਹਾਨੂੰ। ਹਾਂਜੀ, ਸ਼੍ਰੀ ਮੁਖ ਕਹੈ ਸਦਾ ਸੋ ਪ੍ਰਸੰਨਾ, ਤੂੰ ਸੰਗ ਰਹੋ ਸਦਾ ਸੁਖ ਮੰਨਾ। ਉਹ ਮਹਾਰਾਜ ਕਹਿੰਦੇ ਮਰਦਾਨਿਆ, ਤੂੰ ਕਿੱਥੇ ਜਾਣਾ, ਤੂੰ ਤੇ ਸਾਡਾ ਸਾਥੀ ਹੈ, ਤੂੰ ਤੇ ਸਾਡੇ ਨਾਲ ਹੀ ਰਹਿਣਾ ਹੈ। ਮਰਦਾਨਾ ਜੀ ਕਈ ਵਾਰੀ ਮਹਾਰਾਜ ਨਾਲ ਰੁੱਸਦੇ ਸੀ ਤੇ ਕਈ ਵਾਰੀ ਮੰਨਦੇ ਹੁੰਦੇ ਸੀਗੇ ਜੀ। ਹਾਂਜੀ, ਸੁਧਾ ਲੱਗੀ ਹੋਵੇ ਹੈ ਤੁਝ ਤਾਈ, ਖਾਹੋ ਮਧੁਰ ਫਲ ਕੋ ਤ੍ਰਿਪਤਾਈ। ਮਹਾਰਾਜ ਕਹਿੰਦੇ ਮਰਦਾਨਿਆ, ਚਿੰਤਾ ਨਾ ਕਰ, ਤੈਨੂੰ ਭੁੱਖ ਲੱਗੀ ਸਾਨੂੰ ਪਤਾ, ਫਲ ਖਾਲਾ ਖਾਲਾ। ਮਰਦਾਨਾ ਜੀ ਦਾ ਜੀ ਤੇ ਕਰੇ ਪਰ ਡਰ ਆਵੇ ਵੀ ਕੌਡੇ ਰਾਕਸ਼ਸ ਨੇ ਤੋੜੇ ਹੈ, ਪਤਾ ਨੀ ਕੀ ਚੀਜ਼ ਹੈ, ਫਲਾਂ ਤੇ ਭਰੋਸਾ ਨਾ ਆਵੇ ਜੀ। ਹਾਂਜੀ, ਮੈਂ ਆਇਸ ਲੈ ਕਰ ਤਿਹ ਕਾਲਾ, ਜੇ ਫਲ ਸੁੰਦਰ ਮਧੁਰ ਬੇਸਾਲਾ, ਤਰੇ ਗੁਰੂ ਆਗੈ ਰਸ ਪੂਰੇ, ਪੁੰਨ ਮਰਦਾਨੇ ਕੋ ਦੀਏ ਰੂਰੇ। ਤੇ ਭਾਈ ਬਾਲਾ ਜੀ ਕਹਿੰਦੇ ਵੀ ਮੈਂ ਉਦੋਂ ਉਹ ਫਲ ਫੜ ਕੇ ਕੁਝ ਭਾਈ ਮਰਦਾਨੇ ਨੂੰ ਦਿੱਤੇ ਤੇ ਕੁਝ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਦਿੱਤੇ। ਹਾਂਜੀ, ਨਿਜ ਆਹਾਰ ਮੈਂ ਲੀਨ ਬਹੋਰੀ, ਤੇ ਕੁਝ ਮੈਂ ਆਪਣੇ ਵਾਸਤੇ ਰੱਖ ਲੈ ਫਲ। ਹਾਂਜੀ, ਅਚੈ ਮਧੁਰ ਜਿਨ ਸਾਧਨਾ ਥੋਰੀ, ਤੇ ਅਸੀਂ ਸਭ ਨੇ ਉਹ ਰਾਕਸ਼ਸ ਦੇ ਭੇਟਾ ਕੀਤੇ ਹੋਏ ਫਲ ਖਾਧੇ ਜੀ। ਹਾਂਜੀ, ਫਲ ਜੇ ਹੁਤੇ ਆਗੇ ਸੁਖਦਾਈ, ਸੋ ਉਚਾਏ ਦੀਏ ਰਾਖਸ ਤਾਈ। ਗੱਜ ਕੇ ਆਖੋ ਵਾਹਿਗੁਰੂ। ਤੇ ਸਾਧ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਸ ਜੀ ਦੇ ਅੱਗੇ ਜਿਹੜੇ ਫਲ ਸਨ ਨਾ, ਉਹਨਾਂ 'ਚੋਂ ਇੱਕ ਫਲ ਚੁੱਕ ਕੇ ਮਹਾਰਾਜ ਨੇ ਕੌਡੇ ਨੂੰ ਆਵਾਜ਼ ਮਾਰ ਕੇ ਕਿਹਾ, ਕੌਡੇ ਅੱਗੇ ਆ। ਕੌਡਾ ਅੱਗੇ ਆਇਆ, ਮਹਾਰਾਜ ਨੇ ਉਹ ਫਲ ਉਹਨੂੰ ਦੇ ਦਿੱਤਾ ਜੀ। ਮਹਾਰਾਜ ਕਹਿੰਦੇ ਲੈ ਕੌਡਿਆ, ਛੱਕ ਜਾ ਮਹਾਰਾਜ ਕਹਿੰਦੇ। ਹਾਂਜੀ, ਜਬ ਕੌਡੇ ਕੀਏ ਮੁਖ ਮੈਂ ਪਾਵਨ, ਤੇ ਜਦੋਂ ਕੌਡੇ ਨੇ ਉਹ ਫਲ ਆਪਣੇ ਮੁਖ ਵਿੱਚ ਪਾਇਆ ਨਾ, ਗੁਰੂ ਸਾਹਿਬ ਦਾ ਦਿੱਤਾ ਹੋਇਆ। ਹਾਂਜੀ, ਤਤ ਛਿਨ ਕਰੀ ਦੇਹ ਪਲਟਾਵਨ, ਬਸ ਉਸੇ ਵੇਲੇ ਕੌਡੇ ਦੀ ਜਿਹੜੀ ਦੇਹ ਸੀ ਉਹ ਵਧੀਆ ਬਣ ਗਈ ਜੀ। ਗੱਜ ਕੇ ਆਖੋ ਵਾਹਿਗੁਰੂ। ਜੰਗਲ ਵਿੱਚ ਰਹਿਣ ਕਰਕੇ ਜਿਹੜਾ ਸਰੂਪ ਭਿਆਨਕ ਰਾਕਸ਼ਸਾਂ ਵਾਲਾ ਬਣਿਆ ਸੀਗਾ, ਉਹ ਇੱਕਦਮ ਸਾਰਾ ਵਧੀਆ ਹੋ ਗਿਆ ਜੀ, ਇੱਕਦਮ ਕੌਡੇ ਦਾ ਸਰੀਰ ਬਦਲਿਆ ਜੀ। ਹਾਂਜੀ, ਸੁਰ ਸਰੂਪ ਹੋਵੇ ਉਸਤਤ ਠਾਨੀ, ਦੇਵਤਿਆਂ ਵਰਗਾ ਸਰੂਪ ਹੋ ਗਿਆ ਜੀ ਕੌਡੇ ਰਾਕਸ਼ਸ ਦਾ। ਰਾਕਸ਼ਸ ਤੇ ਰਿਹਾ ਹੀ ਨਹੀਂ ਜੀ ਉਹ, ਗੱਜ ਕੇ ਆਖੋ ਵਾਹਿਗੁਰੂ। ਉਹਦਾ ਤੇ ਤਨ ਵੀ ਬਦਲਤਾ ਤੇ ਮਹਾਰਾਜ ਨੇ ਉਹਦਾ ਮਨ ਵੀ ਬਦਲ ਦਿੱਤਾ ਜੀ। ਵੇਖੋ ਮਨ ਬਦਲ ਹੀ ਗਿਆ, ਜਿਹੜਾ ਦੂਜਿਆਂ ਨੂੰ ਖਾਂਦਾ ਉਹ ਆਪ ਦੂਜਿਆਂ ਨੂੰ ਛਕਾਉਣ ਦਿਆ ਜੀ, ਫਲ ਲਿਆ ਲਿਆ ਕੇ ਮਨ ਬਦਲਤਾ ਮਹਾਰਾਜ ਨੇ। ਹਾਂਜੀ, ਨਮੋ ਨਮੋ ਕਰਤਾ ਚਹੁ ਖਾਨੀ, ਹਾਂਜੀ, ਨਿਰਗੁਣ ਸਰਗੁਣ ਤੋਰ ਸਰੂਪਾ, ਹਾਂਜੀ, ਮਨ ਬਾਨੀ ਤੈ ਪੂਰੇ ਅਨੂਪਾ। ਮਹਾਰਾਜ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੀ ਨਾ ਬੜੀ ਸਾਧ ਸੰਗਤ ਜੀ ਉਹਨੇ ਉਸਤਤ ਕੀਤੀ, ਬੜੀ ਉਸਤਤ ਕੀਤੀ।
ਜਦੋਂ ਉਹਦਾ ਸਰੀਰ ਬਦਲ ਗਿਆ ਅਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਪੁੱਛਦੇ ਹੈ, ਮਹਾਰਾਜ ਕਹਿੰਦੇ ਕੌਡੇ ਤੂੰ ਸਾਨੂੰ ਆਪਣੀ ਕਹਾਣੀ ਨਹੀਂ ਦੱਸੀ। ਗੱਜ ਕੇ ਆਖੋ ਵਾਹਿਗੁਰੂ, ਵੀ ਕਿਸ ਕਾਰਨ ਕਰਕੇ ਤੂੰ ਇੱਥੇ ਆਇਆ ਸਾਂ? ਤੁਮ ਅੰਤਰ ਜਾਮੀ ਸਭ ਜਾਣੋ। ਅਤੇ ਉਹ ਹੱਥ ਜੋੜ ਕੇ ਕਹਿੰਦਾ ਮਹਾਰਾਜ, ਮਹਾਰਾਜ ਤੁਸੀਂ ਅੰਤਰ ਜਾਮੀ ਹੋ, ਸਾਰੀ ਗੱਲ ਜਾਣਦੇ ਹੋ। ਹਾਂਜੀ, ਤਦਪ ਨਿਰਦੇਸ਼ ਹੈ ਮਨ ਬਖਾਨੋ, ਫਿਰ ਵੀ ਤੁਹਾਡਾ ਹੁਕਮ ਮੰਨ ਕੇ ਮੈਂ ਦੱਸਦਾ ਹਾਂ ਵੀ ਮੈਂ ਇੱਥੇ ਇਸ ਜੰਗਲ ਵਿੱਚ ਇਸ ਰੂਪ ਵਿੱਚ ਕਿਉਂ ਬੈਠਾ ਸਾਂ। ਹਾਂਜੀ, ਪੂਰਬ ਜਨਮ ਹੁਤੋ ਦਿਜ ਮੇਰਾ, ਹਾਂਜੀ, ਪਾਠ ਵਿਦਿਆ ਮਨ ਮਾਨ ਕਨੇਰਾ। ਹੁਣ ਇਸ ਗੱਲ ਨੂੰ ਬੜੇ ਧਿਆਨ ਨਾਲ ਸੁਣਿਓ, ਸਾਵਧਾਨ ਹੋ ਕੇ ਗੱਜ ਕੇ ਆਖੋ ਵਾਹਿਗੁਰੂ। ਗੱਜ ਕੇ ਵਾਹਿਗੁਰੂ, ਮਹਾਰਾਜ ਸੱਚੇ ਪਾਤਸ਼ਾਹ, ਪਹਿਲਾ ਜਿਹੜਾ ਮੇਰਾ ਜਨਮ ਸੀ ਨਾ, ਉਹ ਬ੍ਰਾਹਮਣ ਦਾ ਜਨਮ ਸੀਗਾ ਜੀ, ਬ੍ਰਾਹਮਣ ਦਾ। ਮੈਂ ਬੜਾ ਵਿਦਵਾਨ, ਬੜੀ ਪੜ੍ਹਾਈ ਲਿਖਾਈ ਮੇਰੇ ਕੋਲ ਸੀਗੀ ਅਤੇ ਬੜੇ ਗ੍ਰੰਥ ਪੜ੍ਹਿਆ ਹੋਇਆ ਸਾਂ ਮਹਾਰਾਜ ਮੈਂ। ਹਾਂਜੀ, ਇੱਕ ਦਿਵਸ ਮਮ ਗੁਰ ਤਤ ਬੇਤਾ, ਇੱਕ ਦਿਨ ਮੇਰਾ ਉਸਤਾਦ ਤਤ ਬੇਤਾ ਨਾਮ ਜਪਣ ਵਾਲਾ ਮੈਨੂੰ ਮਿਲਣ ਵਾਸਤੇ ਆਇਆ। ਹਾਂਜੀ, ਆਵਾ ਸਹਿਜ ਸੁਭਾਵ ਨਿਕੇਤਾ, ਉਹ ਸਹਿਜ ਸੁਭਾਅ ਮੇਰੇ ਘਰ ਵਿੱਚ ਆ ਗਿਆ ਮੇਰਾ ਉਸਤਾਦ। ਮੈਂ ਉੱਠ ਕਰ ਸਨਮਾਨਤ ਕੀਨਾ, ਤੇ ਮੈਂ ਆਪਣੇ ਉੱਠ ਉਸਤਾਦ ਦਾ ਉੱਠ ਕੇ ਸਤਿਕਾਰ ਨਹੀਂ ਕੀਤਾ। ਗੱਜ ਕੇ ਆਖੋ ਵਾਹਿਗੁਰੂ, ਸਤਿਕਾਰ ਨਹੀਂ ਕੀਤਾ। ਕਈ ਵਾਰੀ ਜਦੋਂ ਮਾਣ ਹੋ ਜਾਵੇ ਨਾ ਜੀ, ਤੇ ਚੇਲੇ ਫਿਰ ਗੁਰੂ ਤੋਂ ਵੀ ਸਿਆਣੇ ਬਣਨੇ ਸ਼ੁਰੂ ਹੋ ਜਾਂਦੇ ਆ ਜੀ। ਹਾਂਜੀ, ਆਪਣੇ ਉਸਤਾਦਾਂ ਨੂੰ ਵੀ ਪਿੱਛੇ ਰੱਖ ਕੇ ਤੇ ਬਾਹਲੇ ਹੀ ਸਿਆਣੇ ਬਣਦੇ ਆ, ਜਿਹੜੀ ਗੱਲ ਰੱਬ ਨੂੰ ਪਸੰਦ ਨਹੀਂ ਹੈਗੀ ਸਤਸੰਗ ਜੀ। ਅੱਜ ਕੱਲ੍ਹ ਕਲਯੁੱਗ ਦੇ ਜਿਹੜੇ ਚੇਲੇ ਤੇ ਗੁਰੂ ਮਾਰ ਚੇਲੇ ਆ ਜੀ, ਗੁਰੂ ਮਾਰ। ਹਾਂਜੀ, ਛੇਤੀ ਗੱਦੀ ਲੈਣਾ ਚਾਹੁੰਦੇ ਕਿਸੇ ਤਰੀਕੇ ਨਾਲ, ਵੀ ਇਹ ਮੇਰਾ ਉਸਤਾਦ ਗੁਰੂ ਜਿਸ ਗੱਦੀ 'ਤੇ ਬੈਠਾ ਮੈਂ ਵੀ ਇਸ ਗੱਦੀ 'ਤੇ ਬਹਿ ਜਾਂ ਜੀ। ਕੋਈ ਡੇਰਾ ਸੀਗਾ ਜੀ ਡੇਰਾ, ਅਤੇ ਉੱਥੇ ਕਿਸੇ ਸੰਤ ਕੋਲ ਚੇਲਾ ਪੈਣ ਵਾਸਤੇ ਇੱਕ ਬੰਦਾ ਆਇਆ, ਕਹਿੰਦਾ ਜੀ ਮੈਨੂੰ ਚੇਲਾ ਪਾ ਲਓ। ਕਹਿੰਦੇ ਸਾਡਾ ਚੇਲਾ ਪੈਣਾ ਸੌਖਾ ਕੰਮ ਨਹੀਂ ਹੈਗਾ, ਜਾ ਇੱਕ ਵਾਰੀ ਡੇਰੇ 'ਚ ਚੱਕਰ ਮਾਰ ਕੇ ਆ। ਅਤੇ ਨਾਲ ਇੱਕ ਉਹਨਾਂ ਬੰਦਾ ਘਲਾਤਾ ਜੀ, ਉਹ ਬੰਦਾ ਦੂਜੇ ਬੰਦਿਆਂ ਨਾਲ ਮਿਲਾਵੇ। ਇੱਕ ਕਹਿੰਦਾ ਜੀ ਮੈਂ ਆਪਣੀ ਸਾਰੀ ਜ਼ਮੀਨ ਸੰਤਾਂ ਨੂੰ ਦੇ ਤੀ ਅਤੇ ਸੰਤਾਂ ਦੇ ਕੋਲ ਆ ਗਿਆ। ਇੱਕ ਨੇ ਆਖਿਆ ਮੈਂ ਹਰ ਮਹੀਨੇ ਇੰਨੀ ਮਾਇਆ ਸੰਤਾਂ ਨੂੰ ਦੇਣਾ। ਇੱਕ ਕਹਿੰਦਾ ਮੈਂ ਸੰਤਾਂ ਦੇ ਆਖੇ ਇੰਨੇ ਵਜੇ ਉੱਠ ਕੇ ਇੰਨਾ ਜਾਪ ਕਰਦਾ। ਉਹ ਚੇਲਾ ਬੜਾ ਹੈਰਾਨ, ਜਿਹੜਾ ਨਵਾਂ ਚੇਲਾ ਆਇਆ ਸੀ, ਕਹਿੰਦਾ ਵੀ ਗੁਰੂ ਨੂੰ ਉਸਤਾਦ ਗੁਰੂ ਜਿਹੜਾ ਸੰਤ ਹੈ ਇਹਨੂੰ ਮੌਜਾਂ ਲੱਗੀਆਂ ਅਤੇ ਬਾਕੀ ਸਾਰੇ ਕੰਮਾਂ ਕਾਰਾਂ 'ਚ ਲੱਗੇ ਹੈ। ਕਿਸੇ ਨੇ ਇਹਨੂੰ ਜ਼ਮੀਨ ਦਿੱਤੀ ਹੈ, ਕਿਸੇ ਨੇ ਇਹਨੂੰ ਕੁਝ ਦਿੱਤਾ, ਕਿਸੇ ਨੇ ਇਹਨੂੰ ਕੁਝ ਦਿੱਤਾ, ਅਤੇ ਆ ਗਿਆ ਜੀ ਉਹ ਸੰਤਾਂ ਕੋਲ। ਸੰਤ ਕਹਿੰਦੇ ਕਿਉਂ ਬਣ ਗਿਆ ਫੁਰਨਾ? ਕਹਿੰਦੇ ਫੁਰਨਾ ਤਾਂ ਬਣ ਗਿਆ। ਕਹਿੰਦੇ ਕੀ? ਕਹਿੰਦਾ ਬੇਨਤੀ ਹੈ ਵੀ ਚੇਲਾ ਨਹੀਂ ਬਣਨਾ ਤੁਹਾਡਾ, ਹੁਣ ਸਿੱਧਾ ਮੈਨੂੰ ਗੁਰੂ ਬਣਾਓ ਆਪਣਾ। ਅੱਜ ਕੇ ਆਖੋ ਵਾਹਿਗੁਰੂ। ਚੇਲੇ ਤਾਂ ਦੁਖੀ ਹੋਏ ਪਏ, ਸਾਰੇ ਜਾਨ ਫਸੀ ਉਹਨਾਂ ਦੀ, ਹੈਂ ਸਿੱਧਾ ਗੁਰੂ ਬਣਨਾ ਮੈਂ, ਸਿੱਧਾ ਸੰਤ ਬਣਨਾ ਤੁਹਾਡੀ ਥਾਂ 'ਤੇ। ਸਤਿਕਾਰ ਨਹੀਂ ਕਰਦੇ, ਅਤੇ ਜਿਹੜਾ ਸਤਿਕਾਰ ਨਹੀਂ ਕਰਦਾ ਉਹ ਬੜੇ ਧਿਆਨ ਨਾਲ ਸਾਰ ਕਿਤਾਬਲੀ ਗ੍ਰੰਥ ਵਿੱਚ ਬੋਲ ਲਿਖਿਆ, ਕਹਿੰਦੇ ਜਿਹੜਾ ਆਪਣੇ ਉਸਤਾਦ ਦਾ ਸਤਿਕਾਰ ਨਾ ਕਰੇ 100 ਜਨਮ ਚੰਡਾਲ ਦਾ ਹੁੰਦਾ। ਕਹਿੰਦੇ 100 ਜਨਮ ਚੰਡਾਲ ਬਣ ਕੇ ਪੈਦਾ ਹੋਣਾ ਪੈਂਦਾ ਜੀ, ਜਿਹੜਾ ਆਪਣੇ ਉਸਤਾਦ ਦਾ ਸਤਿਕਾਰ ਨਾ ਕਰੇ। ਕੌਡਾ ਕਹਿੰਦਾ ਮੈਂ ਉੱਠ ਕੇ ਸਤਿਕਾਰ ਹੀ ਨਹੀਂ ਕੀਤਾ ਉਹਨਾਂ ਦਾ, ਵੀ ਮੈਂ ਤੇ ਆਪ ਬੜਾ ਤਤ ਬੇਤਾ ਬਣ ਗਿਆ। ਹਾਂਜੀ, ਅਹਿਮਤ ਧਾਰ ਆਸਨ ਆਸੀਨਾ, ਮੈਂ ਮਾਣ ਧਾਰ ਕੇ ਤੇ ਆਪਣੇ ਆਸਣ ਤੇ ਬੈਠਾ ਰਿਹਾ ਤੇ ਉੱਠਿਆ ਨਾ ਮੈਂ। ਹਾਂਜੀ, ਦੇਖ ਅਵਗਿਆ ਗੁਰ ਰਿਸ ਕਰਕੇ, ਮੇਰੇ ਗੁਰੂ ਨੇ ਸੋਚਿਆ ਵੀ ਇਹ ਤੇ ਨਿਯਮ ਵਿਗੜੇਗਾ। ਕੋਈ ਵੀ ਚੇਲਾ 2 ਅੱਖਰ ਸਿੱਖ ਕੇ ਆਪਣੇ ਉਸਤਾਦ ਦਾ ਸਤਿਕਾਰ ਹੀ ਨਹੀਂ ਕਰੇਗਾ,
ਮੁਝ ਇਨ ਦੀਨੋ ਸਰਾਪ ਉਚਰਕ। ਉਹ ਭਗਤੀ ਕਰਦੇ ਸੀ, ਜਾਪ ਤਾਪ ਕਰਦੇ ਸੀਗੇ, ਉਹਨਾਂ ਰਿਸ ਵਿੱਚ ਆ ਕੇ ਤੇ ਮੈਨੂੰ ਇਹ ਬਚਨ ਕੀਤਾ। ਅਭਿਮਾਨੀ ਚੇਲੇ, ਮੇਰਾ ਤੇ ਕੁਝ ਨੀ ਵਿਗੜਿਆ ਪਰ ਤੈਨੂੰ ਵੱਡਾ ਨੁਕਸਾਨ ਹੋਏਗਾ। ਹਾਂਜੀ, ਜਾਂ ਕੋ ਫਲ ਜੇ ਤੂੰ ਨਹਿ ਪਾਵੇ ਤੋ ਸੁਭ ਰੀਤ ਜਗਤ ਮਿਟ ਜਾਵੇ। ਅੱਜ ਜੇ ਤੈਨੂੰ ਫਲ ਨਾ ਦਿੱਤਾ ਤੇ ਜਗਤ ਵਿੱਚ ਲੋਕ ਆਪਣੇ ਉਸਤਾਦਾਂ ਦਾ ਸਤਿਕਾਰ ਕਰਨਾ ਹੀ ਹਟ ਜਾਣਗੇ। ਗੱਜ ਕੇ ਆਖੋ ਵਾਹਿਗੁਰੂ, ਤੇ ਇਹ ਏਡੀ ਵਧੀਆ ਗੱਲ ਨਹੀਂ ਹੈਗੀ। ਜਿਹੜੇ ਕੋ ਸਿੱਖੀਏ ਉਹਦਾ ਸਤਿਕਾਰ ਵੀ ਪੂਰਾ ਕਰੀਏ ਜੀ, ਪੂਰਾ ਕਰੀਏ। ਕਹਿੰਦੇ ਜਗਤ ਵਿੱਚ ਪੁੱਠੀ ਮਰਜ਼ਾਦਾ ਪੈ ਜਾਏਗੀ। ਹਾਂਜੀ, ਤਾਂ ਤੇ ਤੂੰ ਰਾਖਸ ਤਨ ਪਾਹੀ, ਇਸ ਕਰਕੇ ਤੈਨੂੰ ਧਰਮ ਭੁੱਲ ਜਾਏਗਾ, ਤੈਨੂੰ ਗਿਆਨ ਧਿਆਨ ਜਿਹੜੇ ਗ੍ਰੰਥ ਪੜ੍ਹੇ ਯਾਦ ਕੀਤੇ ਆ ਸਾਰੇ ਭੁੱਲ ਜਾਣਗੇ ਤੇ ਤੂੰ ਰਾਕਸ਼ਾਂ ਵਾਲਾ ਸਰੀਰ ਪਾਏਗਾ। ਕਹਿੰਦੇ ਹਾਂਜੀ, ਕਰਹੋ ਕੁਕਰਮ ਧਰਮ ਬਿਸਰਾਈ, ਮਾੜੇ ਕੰਮ ਕਰਿਆ ਕਰੇਗਾ ਧਰਮ ਭੁੱਲ ਜਾਏਗਾ ਵੀ ਧਰਮ ਵੀ ਕੁਛ ਹੈ, ਚੰਗੇ ਕੰਮ ਕਰਨੇ ਤੈਨੂੰ ਭੁੱਲ ਜਾਣਗੇ। ਹਾਂਜੀ, ਇਸ ਪ੍ਰਕਾਰ ਸੁਣ ਗੁਰ ਕੇ ਸਰਾਪਾ ਮੈਂ ਬਿਭੀਤ ਪਇਓ ਬਹੁ ਕਾਂਪਾ। ਇਸ ਪ੍ਰਕਾਰ ਸੁਣ ਗੁਰ ਕੋ ਸਰਾਪਾ ਮੈਂ ਬਿਭੀਤ ਪਇਓ ਬਹੁ ਕਾਂਪਾ। ਕਹਿੰਦਾ ਮਹਾਰਾਜ, ਮੇਰਾ ਗੁਰੂ ਜਿਹੜਾ ਸੀ ਉਹ ਭਜਨ ਬੰਦਗੀ ਵਾਲਾ ਸੀ, ਜਦੋਂ ਮੈਂ ਆਪਣੇ ਗੁਰੂ ਦੀ ਇਹ ਗੱਲ ਸੁਣੀ ਮੈਂ ਤੇ ਕੰਬਣ ਲੱਗ ਪਿਆ। ਮੈਂ ਆਖਿਆ ਵੀ ਇਹ ਬਚਨ ਪੂਰਾ ਹੋਣਾ। ਹਾਂਜੀ, ਹੇ ਗੁਰ ਮੈਂ ਅਪਰਾਧ ਜੋ ਕੀਨੋ। ਕਹਿੰਦਾ ਮੈਂ ਫਿਰ ਹੱਥ ਜੋੜੇ ਤੇ ਮੈਂ ਆਪਣੇ ਉਸਤਾਦ ਨੂੰ ਆਖਿਆ, ਗੁਰੂ ਜੀ ਮੈਂ ਜਿਹੜਾ ਹੁਣ ਮਾੜਾ ਕੰਮ ਕੀਤਾ। ਹਾਂਜੀ, ਤਾਂ ਕੋ ਫਲ ਰਾਖਸ ਤਨ ਦੀਨੋ, ਇਹਦਾ ਫਲ ਤੇ ਮੈਨੂੰ ਮਿਲੇਗਾ, ਰਾਕਸ਼ਸ਼ ਤੇ ਮੈਨੂੰ ਬਣਨਾ ਪਏਗਾ। ਹਾਂਜੀ, ਕਬ ਲਓ ਭੋਗੋ ਗੋ ਦੁੱਖ ਭਾਰੀ, ਤੇ ਮੈਂ ਰਾਕਸ਼ਸ਼ ਬਣ ਕੇ ਕਿੰਨਾ ਕੁ ਚਿਰ ਦੁੱਖ ਭੋਗਦਾ ਰਵਾਂਗਾ। ਹਾਂਜੀ, ਕਿਰਪਾ ਧਾਰ ਸੋ ਕਰੋ ਉਚਾਰੀ, ਕਿਰਪਾ ਕਰੋ ਤੇ ਮੈਨੂੰ ਉੱਤਰ ਦਿਓ ਵੀ ਹੁਣ ਮੈਂ ਕਿੰਨਾ ਕੁ ਚਿਰ ਰਾਕਸ਼ਸ਼ ਬਣਿਆ ਰਵਾਂਗਾ। ਗੱਜ ਕੇ ਆਖੋ ਵਾਹਿਗੁਰੂ। ਇਹ ਵੀ ਸਿਆਣਾ ਸੀਗਾ ਜਿਹੜਾ ਜ਼ਖਮ ਹੋਇਆ ਤੇ ਦਵਾਈ ਨਾਲੇ ਪੁੱਛ ਲਈ ਜੀ ਉਹਦੇ ਜੀ। ਹਾਂਜੀ, ਗੁਰ ਦਯਾਲਤਾ ਮਹਿਮਾਨ ਭੀਨਾ, ਤੇ ਕੌਡਾ ਕਹਿੰਦਾ ਇੰਨੀ ਗੱਲ ਸੁਣ ਕੇ ਮੇਰਾ ਗੁਰੂ ਫਿਰ ਮੇਰੇ ਤੇ ਦਿਆਲੂ ਹੋ ਗਿਆ, ਉਹਨੇ ਮੈਨੂੰ ਇੰਜ ਆਖਿਆ। ਹਾਂਜੀ, ਐਸੇ ਬਚਨ ਉਚਾਰਨ ਕੀਨਾ, ਏਕੰਕਾਰ ਧਰੇ ਅਵਤਾਰਾ ਤਿਨਕੇ ਮਿਲੇ ਹੋਏ ਨਿਸਤਾਰਾ। ਫਿਰ ਉਹਨਾਂ ਦੱਸਿਆ ਵੀ ਸਮਾਂ ਆਏਗਾ ਪਰਮੇਸ਼ਰ ਨੇ ਸਰੀਰ ਧਾਰਨ ਕਰਨਾ ਹੈ, ਉਹ ਪਰਮੇਸ਼ਰ ਜਦੋਂ ਸਰੀਰ ਧਾਰਨ ਕਰਨਗੇ ਤੂੰ ਉਹਨਾਂ ਨਾਲ ਮਿਲੇਗਾ, ਫਿਰ ਜਾ ਕੇ ਤੇਰਾ ਨਿਸਤਾਰਾ ਹੋ ਜਾਏਗਾ, ਤੇਰਾ ਕਲਿਆਣ ਹੋ ਜਾਏਗਾ, ਤੂੰ ਛੁੱਟ ਜਾਏਗਾ। ਹਾਂਜੀ, ਹੇ ਗੁਰ ਮੈਂ ਤਿੰਨ ਕੋ ਕਿਵ ਜਾਣੋ, ਤੇ ਮੈਂ ਕਹਿੰਦੇ ਆਪਣੇ ਗੁਰੂ ਨੂੰ ਆਖਿਆ ਵੀ ਗੁਰੂ ਜੀ ਮੈਂ ਉਸ ਰੱਬ ਦੇ ਸਰੂਪ ਨੂੰ ਕਿਵੇਂ ਜਾਣਾਂਗਾ ਵੀ ਇਹੋ ਹੀ ਹੈ ਉਹ। ਹਾਂਜੀ, ਕਿਰਪਾ ਕਰੋ ਸੋ ਭਾਂਤ ਬਖਾਨੋ, ਕਿਰਪਾ ਕਰੋ ਤੇ ਮੈਨੂੰ ਦੱਸੋ ਵੀ ਮੈਂ ਉਹਨਾਂ ਦੀ ਪਛਾਣ ਕਿਵੇਂ ਕਰਾਂਗਾ, ਕਲਯੁਗ ਵਿੱਚ ਬੜੇ ਗੁਰੂ ਹੋਣੇ ਹੈ। ਹਾਂਜੀ, ਸੁਣ ਕੇ ਮੁਝ ਕੋ ਦਰਪਨ ਦੀਨਾ, ਤੇ ਕੌਡਾ ਕਹਿੰਦਾ ਮਹਾਰਾਜ ਫਿਰ ਮੇਰੇ ਗੁਰੂ ਨੇ ਮੈਨੂੰ ਆ ਸ਼ੀਸ਼ਾ ਦਿੱਤਾ, ਸ਼ੀਸ਼ਾ ਦਿੱਤਾ। ਹਾਂਜੀ, ਕਹਿਓ ਕੇ ਇਸ ਤੇ ਲੈ ਵਹੁ ਚੀਨਾ, ਗੱਜ ਕੇ ਆਖੋ ਵਾਹਿਗੁਰੂ। ਉਹਨੇ ਆਖਿਆ ਵੀ ਆ ਸ਼ੀਸ਼ਾ ਲੈ ਲਾ, ਇਹਦੇ ਨਾਲ ਤੂੰ ਪਛਾਣ ਲਈ ਰੱਬ ਦੇ ਅਵਤਾਰ ਨੂੰ। ਹਾਂਜੀ, ਜਾਮੈ ਪਰ ਪ੍ਰਤ ਬਿੰਬ ਸੋ ਜਾ ਕੋ, ਪੁੰਨ ਮਾਨੁਖ ਮੁਖ ਦੀ ਸਹਿਤਾ ਕੋ, ਸੋ ਜਾਣਹੋ ਇਹੋ ਹੈ ਅਵਤਾਰਾ, ਤਿਸ ਤੇ ਤੇਰੋ ਹੋਏ ਉਧਾਰਾ। ਕਹਿੰਦੇ ਹੈ ਮੇਰੇ ਗੁਰੂ ਨੇ ਕਿਹਾ ਸੀ ਇੱਕ ਜਿਹੜੇ ਰੱਬ ਦੇ ਅਵਤਾਰ ਆਉਣਗੇ ਉਹਨਾਂ ਦਾ ਹੀ ਚਿਹਰਾ ਜਿਹੋ ਜਿਹਾ ਹੋਏਗਾ ਉਹੋ ਜਿਹਾ ਸ਼ੀਸ਼ੇ ਵਿੱਚ ਵਿਖੇਗਾ, ਬਾਕੀ ਕਿਸੇ ਦਾ ਚਿਹਰਾ ਖੂਬ ਹੂ ਨਜ਼ਰ ਨਹੀਂ ਆਏਗਾ। ਕਹਿੰਦੇ ਵੇਖਦਾ ਪਤਾ ਕੀ ਹੁੰਦਾ ਸੀ,
ਕਿਸੇ ਬੰਦੇ ਅੱਗੇ ਉਹਨੇ ਕਰਨਾ ਅਤੇ ਕੋਈ ਕੁੱਤਾ ਨਜ਼ਰ ਆਉਣਾ ਸ਼ੀਸ਼ੇ 'ਚ ਦੀ ਉਹਨੂੰ, ਕਿਸੇ ਨੇ ਬਿੱਲਾ ਨਜ਼ਰ ਆਉਣਾ, ਕਿਸੇ ਨੇ ਹਾਥੀ ਨਜ਼ਰ ਆਉਣਾ। ਉਹ ਅੰਦਰ ਦੇ ਸੁਭਾਅ ਹੀ ਜਿਹੜਾ ਕੰਮ ਹੀ ਉਹ ਹਾਥੀ ਨਜ਼ਰ ਆਉਂਦਾ ਸੀਗਾ, ਲੋਭੀ ਬੰਦਾ ਕੁੱਤਾ ਨਜ਼ਰ ਆਉਂਦਾ ਸੀਗਾ। ਅਤੇ ਜਿਹੋ ਜਿਹਾ ਚਿਹਰਾ ਹੁੰਦਾ ਸੀ ਉਹੋ ਜਿਹਾ ਵੇਖਦਾ ਹੀ ਨਹੀਂ ਸੀਗਾ ਉਹਨੂੰ ਗੱਜ ਕੇ ਆਖੋ। ਬੜਿਆਂ ਅੱਗੇ ਉਹਨੇ ਸ਼ੀਸ਼ੇ ਕਰ ਕਰਕੇ ਵੇਖੇ, ਸਭ ਕੁੱਤੇ ਬਿੱਲੇ ਨਜ਼ਰ ਆਏ ਸੀਗੇ ਉਹਨੂੰ ਜੀ। ਅਨਕ ਜਨਮ ਜਿਹੇ ਨਰ ਜਗ ਪਾਏ, ਨਾਨਾ ਜੂਨ ਵਿਖੇ ਜੋ ਆਏ। ਫਿਰ ਜਿਹੜਾ ਜਿਸ ਜੂਨ ਚੋਂ ਆਇਆ ਹੋਏਗਾ ਇਸ ਸ਼ੀਸ਼ੇ ਵਿੱਚ, ਤੈਨੂੰ ਉਹ ਜੂਨ ਵਿਖੇਗੀ। ਜੇ ਪਿਛਲਾ ਸਰੀਰ ਮਗਰਮੱਛ ਦਾ ਸੀ ਤੇ ਮਗਰਮੱਛ ਹੀ ਵਿਖ ਜਾਣਾ ਉਹਦੇ ਚ। ਹਾਂਜੀ। ਤਿੰਨਕੇ ਮੁਖ ਇਸ ਦਰਪਣ ਮਾਹੀ, ਮਾਨੁਖ ਕੇ ਦਿਸੇ ਕਬ ਨਾਹੀ। ਉਹਨਾਂ ਬੰਦਿਆਂ ਦੇ ਮੁਖ ਜਿਹੜੇ ਹੈ, ਜਿਹੜੇ ਪਾਪੀ ਨੇ, ਰੱਬ ਦੇ ਅਵਤਾਰ ਨਹੀਂ ਹੈ ਜਿਹੜੇ, ਉਹਨਾਂ ਦਾ ਮੁਖ ਮਨੁੱਖ ਵਾਲਾ ਨਹੀਂ ਵਿਖਣਾ ਤੈਨੂੰ ਇਹਦੇ ਚੋਂ। ਹਾਂਜੀ। ਗੁਰ ਤੇ ਲੇਕਰ ਮੁਕਰ ਸੋ ਆਵਾ, ਤਬ ਕੋ ਮੈਂ ਇਹ ਥਾਨ ਰਹਾਵਾ। ਤੇ ਮਹਾਰਾਜ ਉਰੋਂ ਦਾ ਮੈਂ ਆਪਣੇ ਗੁਰੂ ਤੋਂ ਇਹ ਸ਼ੀਸ਼ਾ ਲੈ ਕੇ ਆਇਆ, ਤੇ ਮਹਾਰਾਜ ਹੌਲੀ ਹੌਲੀ ਸਰੀਰ ਮੇਰਾ ਬਦਲ ਗਿਆ ਰਾਕਸ਼ਾਂ ਵਾਲਾ, ਤੇ ਮੈਂ ਇਹ ਸ਼ੀਸ਼ਾ ਲੈ ਕੇ ਬੈਠਾ। ਆਏ ਗਏ ਬੰਦੇ ਨੂੰ ਵੇਖਦਾ ਸਾਂ, ਜਿਹੜਾ ਸਹੀ ਚਿਹਰਾ ਨਜ਼ਰ ਨਹੀਂ ਸੀ ਆਉਂਦਾ ਉਹਨੂੰ ਖਾ ਜਾਂਦਾ ਸਾਂ ਮਹਾਰਾਜ ਮੈਂ। ਹਾਂਜੀ। ਗਹਿ ਕਰ ਆਨੇ ਮਨੁਜ ਕਨੇਰੇ, ਮੁਕਰ ਵਿਖੇ ਪ੍ਰਤ ਬਿੰਬ ਸੋ ਹੇਰੇ। ਮਹਾਰਾਜ ਮੈਂ ਬੰਦੇ ਫੜ ਫੜ ਕੇ ਲਿਆ ਕੇ ਵੇਖਣੇ, ਉਹਨਾਂ ਦਾ ਮੁੱਖ ਚਿਹਰੇ ਸ਼ੀਸ਼ੇ ਅੱਗੇ ਲਾਉਣਾ। ਹਾਂਜੀ। ਸ਼ੂਕਰ ਕੂਕਰ ਖੱਗ ਖਰ ਸ਼ੇਰਾ, ਕੋਈ ਸੂਰ, ਕੋਈ ਚੂਹਾ, ਕੋਈ ਗਧਾ, ਕੋਈ ਪੰਛੀ ਵੇਖਦਾ ਸੀ ਮਹਾਰਾਜ ਉਹਦੇ 'ਚ। ਹਾਂਜੀ। ਇਤਿਹਾਦਿਕ ਸਭ ਕੋ ਮੁੱਖ ਹੇਰਾ। ਮਹਾਰਾਜ ਮੈਂ ਤੇ ਅੱਜ ਤੱਕ ਇਹੋ ਜਿਹੇ ਮੂੰਹ ਵੇਖੇ ਸਾਰਿਆਂ ਦੇ, ਗੱਜ ਕੇ ਆਖੋ। ਵਾਹਿਗੁਰੂ। ਸਾਧ ਸੰਗਤ ਜੀ, ਕਲਯੁੱਗ ਵਿੱਚ ਸੱਚ ਪੁੱਛੋ ਤੇ ਇਨਸਾਨ ਜਿਹਨੂੰ ਆਪਾਂ ਕਹਿੰਦੇ ਹਾਂ ਪਰਮੇਸ਼ਰ ਦਾ ਭੇਜਿਆ ਹੋਇਆ, ਜਿਹੜਾ ਅਸਲ ਇਨਸਾਨ ਜਿਹਦੇ 'ਚ ਇਨਸਾਨੀਅਤ ਹੈ, ਕੋਈ ਵਿਕਾਰ ਨਹੀਂ ਹੈ, ਉਹ ਜਿਹੜਾ ਪਰਮੇਸ਼ਰ ਦਾ ਰੂਪ ਹੈ ਉਹ ਕੇਵਲ ਗੁਰੂ ਨਾਨਕ ਸਾਹਿਬ ਹੀ ਸਨ ਜੀ, ਤਾਂਹੀਓ ਹੀ ਨਜ਼ਰ ਆਉਂਦੇ ਸਨ। ਜਾਂ ਬਾਕੀ ਉਹਨਾਂ ਦੇ ਜਨਮ ਸੁਧਰ ਗਏ ਜਿਹੜੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ 'ਚ ਆ ਗਏ ਜੀ। ਹਾਂਜੀ। ਤੁਮਰਾ ਮਾਨੁਖ ਬਦਨ ਦੇਸਾਨਾ, ਮਹਾਰਾਜ ਤੁਹਾਡਾ ਹੀ ਮਨੁੱਖਾਂ ਵਰਗਾ ਚਿਹਰਾ ਨਜ਼ਰ ਆਇਆ। ਹਾਂਜੀ। ਜਿਨਕੇ ਪਰਸੇ ਸਰਾਪ ਮਿਟਾਨਾ, ਮਹਾਰਾਜ ਤੁਹਾਡੇ ਕਰਕੇ ਵੇਖੋ ਮੇਰਾ ਸਰਾਪ ਮਿਟ ਗਿਆ, ਮੈਨੂੰ ਗ੍ਰੰਥਾਂ ਦੀ ਵੀ ਸੋਝੀ ਹੋ ਗਈ, ਵਿੱਦਿਆ ਵੀ ਆ ਗਈ, ਸਾਰੇ ਸਰੀਰ ਵੀ ਬਦਲ ਗਿਆ, ਪਹਿਲਾਂ ਵਾਲਾ ਹੋ ਗਿਆ ਮਹਾਰਾਜ ਮੈਂ। ਹਾਂਜੀ। ਅਸਬਿਦ ਹੋਤੋ ਮੋਹੇ ਬਿਰਤੰਤਾ, ਗੱਜ ਕੇ ਵਾਹਿਗੁਰੂ, ਫਿਰ ਕਹੋ ਵਾਹਿਗੁਰੂ, ਫਿਰ ਕਹੋ ਵਾਹਿਗੁਰੂ। ਤੇ ਮਹਾਰਾਜ ਸੱਚੇ ਪਾਤਸ਼ਾਹ, ਆਹ ਮੇਰੀ ਕਹਾਣੀ ਸੀ, ਵਿਦਿਆ ਦੇ ਮਾਣ ਕਰਕੇ ਮੈਂ ਰਾਕਸ਼ਸ ਬਣਿਆ ਸਾਂ। ਹਾਂਜੀ। ਪੁਨ ਲੋਕ ਕੈ ਵਿਖੇ ਸਿਧਾਉ, ਤੁਮਰੇ ਦਰਸ਼ਨ ਕੋ ਸੁਖ ਪਾਉ। ਤੇ ਮਹਾਰਾਜ ਹੁਣ ਮੈਨੂੰ ਤੁਹਾਡੇ ਦਰਸ਼ਨ ਕਰਕੇ ਬੜਾ ਸੁੱਖ ਮਿਲ ਗਿਆ, ਤੇ ਮੇਰੇ ਗੁਰੂ ਨੇ ਕਿਹਾ ਸੀ ਜਦੋਂ ਉਹ ਤੈਨੂੰ ਮਿਲਣਗੇ ਤੂੰ ਸੱਚਖੰਡ ਚਲੇ ਜਾਣਾ। ਹਾਂਜੀ। ਸੁਰ ਤਨ ਹੋਵੇ ਕਰ ਨਮੋ ਪਧਾਰਾ, ਮਰਦਾਨੇ ਕੋਤਕ ਸੋ ਨਿਹਾਰਾ। ਦੇਵਤਿਆਂ ਵਾਲਾ ਸਰੀਰ ਪਾ ਕੇ ਉਹ ਕੌਡਾ ਜਿਹੜਾ ਸੀਗਾ ਉਹ ਸੱਚਖੰਡ ਨੂੰ ਚਲੇ ਗਿਆ, ਮਹਾਰਾਜ ਨੇ ਭਲਾ ਕਰਨਾ ਸੀਗਾ। ਭਾਈ ਮਰਦਾਨਾ ਜੀ ਵੇਖ ਕੇ ਬੜੇ ਹੈਰਾਨ ਹੋਏ ਵੀ ਕਮਾਲ ਹੈ। ਹਾਂਜੀ। ਬੰਧਨ ਪਦ ਅਰ ਬਿੰਦ ਕਰੰਤੂ, ਧਨ ਧਨ ਪ੍ਰਭ ਧਨ ਪਵੰਤੂ ਪਨੰਤੂ। ਭਾਈ ਮਰਦਾਨਾ ਜੀ ਨਾ ਮੱਥਾ ਟੇਕ ਕੇ ਕਹਿੰਦੇ ਮਹਾਰਾਜ ਤੁਸੀਂ ਤੇ ਧਨ ਚ, ਮਹਾਰਾਜ ਤੁਸੀਂ ਤੇ ਧਨ ਚ ਸੱਚੇ ਪਾਤਸ਼ਾਹ, ਮਹਾਰਾਜ ਮੈਂ ਤੇ ਪਛਾਣਦਾ ਹੀ ਨਹੀਂ ਹਾਂ, ਤੁਹਾਨੂੰ ਵਾਰ ਵਾਰ ਭੁੱਲ ਜਾਂਦਾ ਮਹਾਰਾਜ। ਹਾਂਜੀ। ਸ਼੍ਰੀ ਪ੍ਰਭ ਇਸ ਦਰਪਣ ਕੋ ਲੀਜੇ, ਹੇ ਅਦਭੁਤ ਨਿਜ ਨਿਕਟ ਰੱਖੀ। ਤੇ ਗੱਲ ਫਿਰ ਭਾਈ ਮਰਦਾਨਾ ਜੀ ਨੇ ਹਾਸ ਰਸ ਵਾਲੀ ਕਰ ਦਿੱਤੀ, ਕਹਿੰਦੇ ਮਹਾਰਾਜ ਸ਼ੀਸ਼ਾ ਬੜੇ ਕੰਮ ਦੀ ਚੀਜ਼ ਹੈ, ਸ਼ੀਸ਼ਾ ਨਾਲ ਹੀ ਨਾ ਰੱਖ ਲਈਏ, ਮਹਾਰਾਜ ਵੇਖਿਆ ਕਰਾਂਗੇ ਮੁੱਖ ਲੋਕਾਂ ਦੇ, ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਸਾਰਾ ਕੁਝ ਨਜ਼ਰ ਆਇਆ ਕਰੇਗਾ, ਕੌਣ ਕੁੱਤਾ ਕੌਣ ਬਿੱਲਾ,
ਕੌਣ ਸ਼ੇਰ ਹੈ ਕੌਣ ਗਧਾ। ਅਤੇ ਮਹਾਰਾਜ ਸ਼ੀਸ਼ਾ ਬੜੇ ਕੰਮ ਦੀ ਚੀਜ਼ ਹੈ, ਅਤੇ ਸ਼ੀਸ਼ਾ ਨਾਲ ਹੀ ਨਾ ਲੈ ਲਈਏ ਮਹਾਰਾਜ। ਹਾਂਜੀ, ਸੁਣ ਕਰ ਭਨਹਿ ਗਰੀਬ ਨੇ ਵਾਜੂ। ਮਹਾਰਾਜ ਸੱਚੇ ਪਾਤਸ਼ਾਹ ਖੁਸ਼ ਹੋ ਕੇ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ, ਇਸ ਦਰਪਣ ਤੇ ਕਿਆ ਹੋਵੇ ਕਾਜੂ। ਮਹਾਰਾਜ ਕਹਿੰਦੇ, ਮਰਦਾਨਿਆ ਸਾਨੂੰ ਇਸ ਸ਼ੀਸ਼ੇ ਨਾਲ ਕੀ ਕੰਮ ਹੈ। ਮਹਾਰਾਜ ਮਰਦਾਨਿਆ ਸਾਨੂੰ ਇਸ ਸ਼ੀਸ਼ੇ ਨਾਲ ਕੀ ਕੰਮ ਹੈ, ਜਿੱਥੇ ਪਿਆ ਪਿਆ ਰਹਿਣ ਦੇ। ਮਹਾਰਾਜ ਕਹਿੰਦੇ, ਹਾਂਜੀ, ਮੁਕਰ ਵਿਚਾਰ ਰੂਪ ਜਿਨ ਪਾਸਾ ਤਿੰਨ ਕੋ ਆਤਮ ਹੋਤ ਪ੍ਰਕਾਸ਼ਾ। ਮਹਾਰਾਜ ਕਹਿੰਦੇ, ਸਾਡਾ ਸ਼ੀਸ਼ਾ ਤੇ ਨਾਮ ਹੈ ਜਿਹਦੇ ਕਰਕੇ ਆਤਮਾ ਚਮਕਾਂ ਮਾਰਨ ਲੱਗ ਪੈਂਦੀ ਹੈ। ਹਾਂਜੀ, ਰੱਖੋ ਸੋ ਸਦੀਵ ਨਿਜ ਸੰਗਾ। ਉਹ ਸ਼ੀਸ਼ਾ ਆਪਣੇ ਕੋਲ ਰੱਖ, ਉਹ ਸ਼ੀਸ਼ਾ। ਹਾਂਜੀ, ਸਦਾ ਆਨੰਦ ਕਰੇ ਭਰਮ ਭੰਗਾ। ਉਹ ਸ਼ੀਸ਼ਾ ਰੱਖਣ ਨਾਲ ਆਨੰਦ ਬਣਿਆ ਰਹਿੰਦਾ, ਭਰਮ ਭੁਲੇਖੇ ਦੂਰ ਹੋ ਜਾਂਦੇ ਹੈ। ਇਹ ਬਚਨ ਮਹਾਰਾਜ ਨੇ ਕੀਤਾ ਅਤੇ ਸੱਚੇ ਪਾਤਸ਼ਾਹ ਮਹਾਰਾਜ ਅੱਗੇ ਚੱਲ ਪਏ, ਕਵਡੇ ਦਾ ਉਧਾਰ ਕੀਤਾ। ਮਹਾਰਾਜ ਪਸ਼ੂ ਪ੍ਰੇਤ ਮੁਗਧ ਕੋ ਤਾਰੇ ਪਾਹਣ ਪਾਰ ਉਤਾਰੇ। ਪਸ਼ੂਆਂ ਨੂੰ ਉਤਾਰਦੇ ਹਨ ਗੁਰੂ ਨਾਨਕ ਸਾਹਿਬ। ਮਹਾਰਾਜ ਪ੍ਰੇਤਾਂ ਨੂੰ ਉਤਾਰਦੇ ਹੈ, ਮਹਾਰਾਜ ਮੂਰਖਾਂ ਨੂੰ ਉਤਾਰਦੇ ਹੈ, ਮਹਾਰਾਜ ਪੱਥਰਾਂ ਦਾ ਵੀ ਭਲਾ ਕਰ ਦਿੰਦੇ ਹੈ ਸੱਚੇ ਪਾਤਸ਼ਾਹ। ਪਸ਼ੂ ਪ੍ਰੇਤ ਮੁਗਧ ਕੋ ਤਾਰੇ, 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 ਪਾਹਣ ਪਾਰ ਉਤਾਰੇ, ਪਾਹਣ ਪਾਰ ਉਤਾਰੇ, ਪਾਹਣ ਪਾਰ ਉਤਾਰੇ, ਪਾਹਣ ਪਾਰ ਉਤਾਰੇ, ਪਸ਼ੂ ਪ੍ਰੇਤ ਮੁਗਧ ਕੋ ਤਾਰੇ, 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 ਪਾਹਣ ਪਾਰ ਉਤਾਰੇ, ਪਾਹਣ ਪਾਰ ਉਤਾਰੇ, ਨਾਨਕ ਦਾਸ ਤੇਰੀ ਸਰਣਾਈ, ਨਾਨਕ ਦਾਸ ਤੇਰੀ ਸਰਣਾਈ, ਸਦਾ ਸਦਾ ਬਲਿਹਾਰ, ਸਦਾ ਸਦਾ ਬਲਿਹਾਰ, ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਿਵਾਜ ਕਿਰਪਾ ਕਰਨ। ਊਚ ਅਪਾਰ ਬੇਅੰਤ ਸਵਾਮੀ, ਕੌਣ ਜਾਣੈ ਗੁਣ ਤੇਰੇ, ਗਾਵ ਤੇ ਉਧਰੇ ਸੁਣ ਤੇ ਉਧਰੇ, ਬਿਨਸਹੇ ਪਾਪ ਕਨੇਰੇ, ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਪਾਹਣ ਪਾਰ ਉਤਾਰੇ, ਨਾਨਕ ਦਾਸ ਤੇਰੀ ਸਰਣਾਈ, ਸਦਾ ਸਦਾ ਬਲਿਹਾਰੈ, ਤਾਰਿਆ ਜਹਾਨ ਲਹਿਆ ਅਭਿਮਾਨ, ਜਿੰਨੀ ਦਰਸ਼ਨ ਪਾਇਆ ਜਿੰਨੀ ਤੁਦਨੋ ਧਨ ਕਹਿਆ, ਤਿੰਨ ਜਮ ਨੇੜ ਨਾ ਆਇਆ। ਅਗਲਾ ਪ੍ਰਸੰਗ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ ਜੀ। ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।